ਜਸਤਵ ਦੇਖ ਰਹੇ ਤੁਸੀਂ ਮਹਿਕੇਪੀ ਸਿੰਘ ਅੱਜ ਦਾ ਮੁੱਦਾ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਇਹ ਸਵਾਗਤ ਦੇ ਨਾਲ ਕਿਸਾਨਾਂ ਦਾ ਸਵਾਗਤ ਕਿੰਨਾ ਕਾਰੀਏ ਕਿੰਦਰ ਸਰਕਾਰ ਦੇ ਤੁਸੀਂ ਸਾਰੀਤ ਸਿਨਾ ਲਗਾਤਾਰ ਦੇਖ ਰਹੇ ਹੋ ਅਸੀਂ ਸਵਾਲ ਲਗਾਤਾਰ ਕਿਸਾਨਾਂ ਦਾ ਚੋਕਰੀਆ ਕਿਸਾਨ ਅੰਦੋਲਨਾਂ ਚੋਕਰੀਆ ਖੇਤੀ ਕਰੂਨਾ ਦੇ ਬਾਬਤ ਚੋਕਰੀਆ ਇਹਨਾਂ ਸਵਾਲਾਂ ਦੇ ਵਿਚਾਲੇ ਸਿਆਸਤ ਵੀ ਖੂਬ ਤਪੀ ਹੋਈ ਹੈ ਪਰ ਜਿਸ ਤਰੀਕੇ ਨਾਲ ਪੁਲਸੀਆ ਤਿੱਦਦ ਕਿਸਾਨਾਂ ਤੇ ਕੀਤਾ ਕੀਆ ਜਿਸ ਤਰੀਕੇ ਨਾਲ ਉਹਨਾਂ ਦੇ ਰਾਹ ਰੋਕੇ ਗਏ ਜਿਸ ਤਰੀਕੇ ਨਾਲ ਅੜਿਕੇ ਡਾਇਕੇ ਉਹ ਲੋਕ ਰਾਜ ਤੇ ਵੀ ਸਵਾਲ ਖੜੇ ਕਰਕੇ ਸਵਧਾਨ ਦੇਵਸ ਤੇ ਵਿਚਾਰੇ ਜਦੋਂ ਬਾਰਡਰ ਸੀਲ ਕਰ ਦਿੱਤੇ ਜਾਂਦੇ ਤੇ ਉਦੋਂ ਬੇਗਾਨਗੀ ਦਾ ਅਹਿਸਾਸ ਹੋਵੇ ਤੇ ਉਦੋਂ ਸਵਾਲ ਪੁੱਛੇ ਲਾਜ਼ਮੀ ਹੋ ਜਾਂਦੇ ਆ ਕਿ ਅਸੀਂ ਕੀ ਇਸ ਦੇਸ਼ ਦੇ ਵਾਸੀ ਹਾਂ ਜਾਂ ਨਹੀਂ ਸਾਡੇ ਨਾਲ ਇਹੋ ਜਿਹਾ ਵਰਤਾਰਾ ਕਿਉਂ ਕੀਤਾ ਜਾ ਰਿਹਾ ਇਹ ਸਵਾਲ ਜੋ ਸਿਆਸਤ ਪਹੁੰਚਦੀ ਹੈ ਤੇ ਉਦੋਂ ਸ਼ੱਕ ਪੈਦਾ ਹੁੰਦਾ ਪਰ ਜਦੋਂ ਆਮ ਲੋਕ ਪੁੱਛਣ ਲੱਗ ਪੈਂਨ ਤੇ ਉਦੋਂ ਯਕੀਨ ਹੁੰਦਾ ਕਿ ਇਹ ਸਵਾਲ ਆ ਜਿਹੜੇ ਵੱਡੇ ਹੈਗੇ ਆ ਤੇ ਇਹਨਾਂ ਸਵਾਲਾਂ ਤੇ ਚਰਚਾ ਹੁਣ ਲਾਜ਼ਮੀ ਹੈ ਹੁਣ ਦਿੱਲੀ ਦੇ ਵਿੱਚ ਐਂਟਰੀ ਦਾ ਇਸ਼ਾਰਾ ਕਰ ਦਿੱਤਾ ਕੇਂਦਰ ਸਰਕਾਰ ਨੇ ਪਰ ਐਂਟਰੀ ਤੇ ਵੀ ਮੰਥਨ ਕੀਤਾ ਜਾ ਰਿਹਾ ਹੈ ਪਰ ਸਵਾਲ ਇਹ ਹੈਗਾ ਕਿ ਜਿਹੜਾ ਮੈਦਾਨ ਇਹਨਾਂ ਨੂੰ ਦਿੱਤਾ ਗਿਆ ਕਿਸਾਨ ਅੰਦੋਲਨ ਵਾਸਤੇ ਉਸ ਮੈਦਾਨ ਵਿੱਚ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਬਹੁਤ ਸਾਰੇ ਸਵਾਲ ਇਸ ਤੇ ਵੀ ਆ ਕੇ ਰੋਕੇ ਹੈ ਕਿਆ ਪਰ ਸਵਾਲ ਇਹ ਵੀ ਹੈਗਾ ਕਿ 3 ਦਸੰਬਰ ਦੇ ਸੱਦੇ ਤੋਂ ਟਸ ਤੋਂ ਮਸ ਕਿਉਂ ਨਹੀਂ ਹੋ ਰਹੀ ਕਹਿੰਦੇ ਸਰਕਾਰ ਇਹਨਾਂ ਨਾਲ ਸਾਰੇ ਸਵਾਲਾਂ ਦੇ ਵਿਚਾਲੇ ਅਸੀਂ ਵੱਡਾ ਸਵਾਲ ਪੁੱਛਾਂਗੇ ਦਿੱਲੀ ਨੇ ਕਿਸਾਨਾਂ ਦੀ ਕਿੰਨੀ ਮੰਨ ਆਇਦਾ ਮੁੱਦਾ ਜਿਹੜੇ ਜਿਹੜੇ ਪੁਆਇੰਟਸ ਤੁਹਾਡੇ ਨਾਲ ਅਸੀਂ ਸਾਂਝੇ ਕਰਨੇ ਆ ਫਟਾਫਟ ਤੁਹਾਨੂੰ ਦੱਸਤੀ ਉਸ ਤੋਂ ਬਾਅਦ ਖਾਸ ਮਹਿਮਾਨ ਸਾਡਾ ਮੌਜੂਦ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਖੇਤੀ ਕਰਨ ਉਹਨਾਂ ਤੇ ਕਮਸਾਨ ਲਗਾਤਾਰ ਵਾਦਾ ਵਾਦਾ ਪਿਆ ਕਿਸਾਨਾਂ ਨੇ ਦਿੱਲੀ ਕਿਰ ਲਈ ਹੈ ਪਰ ਇਹਨਾਂ ਨੇ ਤਾਂ ਕਿਹਾ ਅਸੀਂ ਦਿੱਲੀ ਚੱਲੋ ਦਿੱਲੀ ਚੱਲੋ ਤੇ ਕੇਰੀ ਦਿੱਲੀ ਵਿੱਚ ਬਹੁਤ ਫਰਕ ਹੁੰਦਾ ਇਸ ਨੂੰ ਸਮਝਣਾ ਪਵੇਗਾ ਕਿਸਾਨਾਂ ਤੇ ਕੀਤੇ ਪੁਲਸੀਆ ਤਸ਼ੱਦਦ ਇਸ ਸਰਕਾਰਾਂ ਨੂੰ ਲਾਂਤਾਂ ਪਾ ਰਹੇ ਨੇ ਆਮ ਲੋਕ ਉਹ ਕਹਿ ਰਹੇ ਆ ਕਿ ਇਸ ਦੇਸ਼ ਦੇ ਪਸੰਦੇ ਆ ਜਿਨ੍ਹਾਂ ਨਾਲ ਤੁਸੀਂ ਇਹੋ ਜਿਹਾ ਵਰਤਾਰਾ ਕਰ ਰਹੇ ਹੋ ਜਿਹੜਾ ਤੁਹਾਡਾ ਠਿੱਡ ਪਾਰ ਤੇ ਅੰਦੋਲਨ ਅਗੇ ਹਰਿਆਣਾ ਸਰਕਾਰ ਦੇ तमाम ਬਦਬਸ ਫੇਲ ਹੋ ਗਿਆ ਤੇ ਹੁਣ ਖੱਟਰ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਤਰੀਕੇ ਨਾਲ ਦਾ ਬਚਾਓ ਕੀਤਾ ਜਾਵੇ ਤੇ ਵਾਰ-ਵਾਰ ਇਹ ਕਿਹਾ ਜਾ ਰਿਹਾ ਗੱਲਬਾਤ ਕਰਨੀ ਚਾਹੀਦੀ ਹੈ ਅੰਦੋਲਨ ਛੱਡ ਦਿਓ ਇਹ ਸਾਰੇ ਸਵਾਲ ਕੀਤੇ ਜਾ ਰਿਹਾ ਸੂਬੇ ਦੀ ਅਸરાਦਾ ਹਾਸਿਲ ਕਰਨ ਤੇ ਮੁੱਖ ਮੰਤਰੀ ਖੱਟਰ ਨੂੰ ਲਗਾਤਾਰ ਕੀਤੇ ਜਾ ਰਿਹਾ ਉਹਨਾਂ ਤੋਂ ਸਵਾਲ ਖੜੇ ਕੀਤੇ ਜਾ ਰਿਹਾ ਪਰ ਨਾਲੇ ਵੀ ਕਿਹਾ ਜਾ ਰਿਹਾ ਉਹਨਾਂ ਦਾ ਕਸੂਰ ਉਹਨਾਂ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਤਾਂ ਹੁਕਮ ਕੇਂਦਰ ਦੇ ਮੰਨਨੇ ਪੈਂਦੇ ਆ। ਵਿਰੋਧੀ ਧਿਰਾਂ ਨੇ ਲੋਕਤੰਤਰ ਦਾ ਕਾਣਕੰਦ ਇਲਜ਼ਾਮ ਲਗਾਇਆ, ਸਿਆਸੀ ਧਿਰਾਂ ਦੇ ਬਿਆਨਾਂ ਦੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ। ਲੋਕ ਇਹ ਚਰਚਾ ਕਰ ਰਹੇ ਆ ਕਿ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਨਿਕਲੇ ਸੀ ਉਹਨਾਂ ਦੇ ਟਰੈਕਟਰ ਟਰਾਲੀਆਂ ਕੀ ਸਟਾਰਟ ਨਹੀਂ ਹੋ ਰਹੇ ਜਾਂ ਉਹਨਾਂ ਤੇਲ ਮੁੱਕ ਗਿਆ ਉਹ ਦਿੱਲੀ ਵੱਲ ਨੂੰ ਕਿੰਨਾ ਜਾ ਰਹੇ ਆ। ਬਹੁਤ ਸਾਰੇ ਸਵਾਲ ਇਹੋ ਜਿਹੇ ਪੁੱਛੇ ਜਾ ਰਹੇ ਆ। ਕੇਂਦਰ ਸਰਕਾਰ ਦੇ 3 ਦਸੰਬਰ ਵਾਲੇ ਦਿਨ ਤੇ ਵੀ ਸਿਆਸਤ ਆਪੀ ਹੋਈ ਆ। ਲੋਕ ਇਹ ਵੀ ਪੁੱਛ ਰਹੇ ਆ ਕਿ 10 ਸੰਬਰ ਦੇ ਸੱਦੇ ਤੋਂ ਪਹਿਲਾਂ ਵੀ ਸੱਦਾ ਦਿੱਤਾ ਜਾ ਸਕਦਾ ਗੱਲਬਾਤ ਕੀਤੀ ਜਾ ਸਕਦੀ ਹੈ ਪਰ ਗੱਲਬਾਤ ਉਸ ਤੋਂ ਪਹਿਲਾਂ ਹੋਵੇਗੀ ਕਿ ਨਹੀਂ ਹੋਵੇਗੀ ਸਵਾਲ ਆਪਣੇ ਵਿੱਚ ਬਰਕਰਾਰ ਹੈਗਾ ਕਿਸਾਨ ਆਕੂ ਨੇ ਕਰੋਨਾ ਸੰਕਟ ਨੂੰ ਸਿਆਸੀ ਹਥਿਆਰ ਦੱਸਿਆ ਕਿ ਜਦੋਂ ਸਿਆਸਤ ਨੂੰ ਲੱਗਦਾ ਹੈ ਕਿ ਕਰੋਨਾ ਦੇ ਨਾਲ ਰੋਕਣਾ ਕਿਸੇ ਨੂੰ ਉਦੋਂ ਕਰੋਨਾ ਸੰਕਟ ਦਾ ਹਵਾਲਾ ਦਿੱਤਾ ਜਾਂਦਾ ਪਰ ਦਿੱਲੀ ਦੇ ਵਜਿਸ ਤਰੀਕੇ ਨਾਲ ਅੰਕੜੇ ਵਧਦੇ ਪਏ ਆ ਉਸ ਤਰੀਕੇ ਨਾਲ ਸਿਹਤ ਮੰਤਰਾਲਾ ਕੁਝ ਹੋਰ ਕਹਿ ਰਿਹਾ ਤੇ ਸਿਆਸੀ ਜਿਹੜੇ ਇਲਜ਼ਾਮ ਤਰਾਸ਼ੀਓ ਕੁਝ ਹੋਰ ਇਸ਼ਾਰਾ ਕਰ ਰਿਹਾ ਤੇ ਖਾਸ پیمਾਨ ਸਾਡਾ ਮੌਜੂਦ ਹਨ ਕਿ ਡਾਕਟਰ ਪਿਆਲਾ ਗਰਗ ਅਕਸਰ ਇਹਨਾਂ ਨੂੰ ਤੁਸੀਂ ਸਾਡਾ ਡਿਬੇਟ ਚ ਦੇਖਦੇ ਰਹਿੰਦੇ ਹੋ ਡਾਕਟਰ ਪਿਆਲਾ ਗਰਗ ਖੁੱਡ ਪਿੰਡ ਬਚਾਓ ਪੰਜਾਬ ਬਚਾਓ ਮੋਹਮ ਦੇ ਨਾਲ ਜੁੜੇ ਹੋਏ ਹੈ ਕਿਸਾਨਾਂ ਦੇ ਦਰਦ ਨੂੰ ਖੇਤੀ ਸੈਕਟਰ ਦੇ ਵਿੱਚ ਜਿਹੜੇ ਪੈਦਾ ਹੋਏ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਇਸ ਕਰਕੇ ਉਹਨਾਂ ਸਦਾ ਡਾਕਟਰ ਗਰਗ ਸਰ ਬਹੁਤ ਸਵਾਗਤ ਹੈ ਸਰ ਤੁਹਾਡਾ ਸਾਫ ਕਾਜਿਸਟਰਾਰ ਨੇ ਬਾਫਰਾ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਡਾਕਟਰ ਪਿਆਲਾ ਗਰਗ ਸਰ ਬੋਸ ਦਾ ਸਵਾਲ ਆ ਜਿਹੜੇ ਆਮ ਲੋਕਾਂ ਦੇ ਸਵਾਲ ਆ ਸਰ ਉਹੀ ਸਵਾਲ ਮੈਂ ਤੁਹਾਨੂੰ ਪੁੱਛੂਗਾ ਡਟ ਗਰਗ ਇੱਕ ਸਵਾਲੇ ਲਗਾਤਾਰ ਕੀਤਾ ਜਾ ਰਿਹਾ ਮੀਡੀਆ ਵੀ ਇਸ ਗੱਲ ਨੂੰ ਬੜਾ ਹਾਈਲਾਈਟ ਕਰ ਰਿਹਾ ਦਿੱਲੀ ਚੋਕੀ ਮੇਰਾ ਸਵਾਲਾ ਦਿੱਲੀ ਚੋਕੀ ਜਾਂ ਦਿੱਲੀ ਨੇ ਕੋਈ ਚਾਲ ਚਲਦੀ ਡਟ ਗਰ ਦੇਖੋ ਦੋਨੇ ਗੱਲਾਂ ਨੇ ਇਹਦੇ ਵਿੱਚ ਇਹ ਨਹੀਂ ਹੈ ਕਿ ਵੀ ਉਹ ਚੁਕੇ ਨਹੀਂ ਹੈਗੇ ਚੁਕੰਦਾ ਤਾਂ ਉਹਨਾਂ ਨੂੰ ਗੱਲ ਕਲੀਅਰ ਹੋ ਗਈ ਕਿਉਂਕਿ ਜਿੰਨਾ ਕਿਸਾਨ ਉਸ ਚ ਚਲਾ ਗਿਆ ਜਿੰਨੇ ਟਰੈਕਟਰ ਚਲੇ ਗਏ ਜਿੰਨੀਆਂ ਔਰਤਾਂ ਚਲੀਆਂ ਗਈਆਂ ਜਿੰਨੇ ਨੌਜਵਾਨ ਚਲੇ ਗਏ ਜਿੰਨੀਆਂ ਲੜਕੀਆਂ ਚਲੀਆਂ ਗਈਆਂ ਜਿੰਨੇ ਕਿਸਾਨ ਚਲੇ ਗਏ ਤੇ ਪੰਜਾਬ ਦੇ ਹਰਿਆਣੇ ਦੇ ਯੂਪੀ ਦੇ ਉੱਤਰਾਖੰਡ ਦੇ ਉਹ Rajasthan ਵੱਲੋਂ ਵੀ ਆ ਗਏ ਉਹਦੇ ਵਿੱਚ ਇਹਨਾਂ ਨੂੰ ਵਕਤ ਤਾਂ ਪਈ ਗਿਆ ਤੇ ਉਸ ਦੇ ਉੱਤੇ ਹੁਣ ਫੌਜ ਬੁਲਾਉਣ ਕੀ ਕਰਨਗੇ ਕਿਉਂਕਿ ਉਹਨਾਂ ਨੂੰ ਹੈਂਡਲ ਕਰਨ ਦਾ ਕੋਈ ਤਰੀਕਾ ਨਾ ਵੀ ਫਿਰ ਲੈਂਡ ਆਰਡਰ ਬਣਾ ਕੇ ਕਰਨਗੇ ਉਹ ਕਰ ਨਹੀਂ ਸਕਦੇ ਬੈਰੀਅਰ ਬਰੀਕੇਟ ਲਾ ਦੇ ਉਹਨਾਂ ਨੇ ਬਰੀਕੇਟ ਲਾ ਕੇ ਵੀ ਕੋਈ ਕੁਝ ਨਹੀਂ ਕਰ ਸਕੇ ਇਹ ਤੇ ਇਸ ਕਰਕੇ ਇਸ ਪੱਖੋਂ ਤਾਂ ਉਹਨਾਂ ਨੂੰ ਝੁਕਣ ਵਾਲਾ ਪਾਸਾ ਹੈ ਪਰ ਦੂਜਾ ਪਾਸਾ ਜਿਹੜਾ ਦੂਜਾ ਪਾਸਾ ਚਾਹਵੀ ਹੈ ਚਾਹ ਕੀ ਹੈ ਕਿ ਹੁਣ ਇੱਥੇ ਇਹਨਾਂ ਨੇ ਤਾਂ ਕਿਹਾ ਸੀ ਦਿੱਲੀ ਚਲੋ ਜੇ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਦਿੱਲੀ ਚੰਡੋ ਦੇ ਉੱਤੇ ਜਦ ਉਹਨਾਂ ਨੇ ਮਨਜ਼ੂਰੀ ਮੰਗੀ ਸੀ ਉਹ ਤੋਂ ਮਨਜ਼ੂਰੀ ਦੇ ਦਿੰਦੇ ਤਾਂ ਉਹ ਜਾ ਕੇ ਉੱਥੇ ਬਹਿ ਜਾਂਦੇ ਹੋਨੇ ਉਹਨਾਂ ਨੇ ਬਣਾ ਲਿਆ ਚੰਗਾ ਫਿਰ ਜੇ ਤੁਸੀਂ ਐਂ ਕਰੋਗੇ ਇੱਥੇ ਹੀ ਫੈਸਲਾ ਸੀ ਉਹਨਾਂ ਦਾ 2 ਮਹੀਨੇ ਪਹਿਲਾਂ ਦਾ ਅਨਾਉਂਸਮੈਂਟ ਹੋ ਰਹੀ ਹੈ ਕਿ ਜੇ ਸਾਨੂੰ ਕਿਤੇ ਰੋਕਣਗੇ ਅਸੀਂ ਉੱਥੇ ਧਰਨੇ ਮਾਰਾਂਗੇ ਉਹ ਹੁਣ ਧਰਨੇ ਮਾਰਨ ਦੀ ਗੱਲ ਦੇ ਉੱਤੇ ਆ ਗਈ ਧਰਨੇ ਮਾਰਨ ਦੀ ਗੱਲ ਤੇ ਜਾਵਾ ਗਈ ਇਹਨਾਂ ਨੂੰ ਐਂ ਲੱਗਦਾ ਕਿ ਇਹ ਤਾਂ ਸਾਰੇ ਪਾਸੇ ਰੁਕ ਜੂਗੀ ਦਿੱਲੀ ਕਟਾਫ ਹੋ ਜੂਗੀ ਜੇ ਕਟਾਫ ਹੋ ਜੂਗੀ ਫਿਰ ਹੜਾ ਬਹੁਤ ਪਾਊਗਾ ਦਿੱਲੀ 'ਚ ਵੀ ਤੇ ਉਹਦੇ ਵਿੱਚ ਫਿਰ ਇਹਨਾਂ ਨੇ ਬਹਾਨਾ ਲਾਇਆ ਵੀ ਚਲੋ ਜੀ ਤੁਹਾਨੂੰ ਉੱਥੇ ਲੈ ਜਾਂਦੇ ਆ ਬਰਾਦੀ ਮੈਦਾਨ ਦੇ ਵਿੱਚ ਉਹਦੇ ਵਿੱਚ ਨਾ ਜਾਣ ਰਾਸਤੇ ਵੀ ਜਿਹੜੀ ਚਾਲ ਬਾਗੀ ਕਰੀ ਵੀ ਬਸਾਂ 'ਚ ਲੱਕੇ ਜਾਵਾਂਗੇ ਜੀ ਤੁਹਾਡੇ ਟਰੈਕਟਰ ਐਨੇ ਬੰਦੇ ਗਏ ਨੇ ਤਕਰੀਬਨ 5000 ਟਰੈਕਟਰ ਉੱਤੇ 2400 ਟਰੈਕਟਰ ਤਾਂ ਉਗਰਾਹ ਗਰੁੱਪ ਨੇ ਕਲੇਮ ਕਰਾਇਆ ਸੀ ਚਲੋ 2400 ਨਹੀਂ 2000 ਤੱਕ ਹੋ ਗਈ ਕਿਉਂਕਿ ਪਿੰਡਾਂ ਦੇ ਵਿੱਚੋਂ ਤਕਰੀਬਨ 15-1600 ਪਿੰਡ ਤਾਂ ਐਸਾ ਜਿੱਥੋਂ 3-4-4 ਟਰੈਕਟਰ ਜਾਣੀ ਜਾਣੀ ਸੀਗੇ ਜਿੱਥੇ ਬੰਦੇ ਨੇ ਗਿਣਤੀਆਂ ਕਰੀਆਂ ਹੋਈਆਂ ਸੀ ਸੋ ਜੇ ਇੰਨੇ ਟਰੈਕਟਰ ਨੇ ਉਹਨਾਂ ਨੇ ਆਪਦਾ ਸਮਾਨ ਲੱਗਿਆ ਹੋਇਆ ਰੋਟੀ, ਲੱਕੜਾਂ ਗਸ ਜੇ ਉਹ ਸਾਰਾ ਕੁਛ ਐ ਸੌਨ ਦਾ ਪ੍ਰਬੰਧ ਕਰਿਆ ਹੋਇਆ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਤਾਂ ਰੋਕਿਆ ਨਹੀਂ ਜਾ ਸਕਦਾ ਸੀ ਉਹਦੇ ਵਾਸਤੇ ਤਾਂ ਫਿਰ ਵੱਡੀ ਜਗ੍ਹਾ ਕਰਨੀ ਪਊਗੀ ਹੁਣ ਏਡਾ ਵੱਡਾ ਕਰਨ ਦੀ ਬਜਾਏ ਚਾਹਵੇਂ ਬਣਾਈ ਦਿਓ ਇਹਨਾਂ ਨੂੰ ਕੰਡੇ ਲਗਾ ਕੇ ਉੱਥੇ ਬੰਦ ਕਰ ਦਿਓ ਸਭ ਤੋਂ ਪਹਿਲਾ ਕੰਮ ਕੀ ਕਰਿਆ ਤੇ ਜੀ ਤੁਸੀਂ ਸਾਰੇ ਸਟੇਡੀਅਮਸ ਨੂੰ ਜੇਲ੍ਹ ਡਿਕਲੇਅਰ ਕਰ ਦਿਓ ਉਹ ਪੰਜੇਲ ਟੈਂਪਰੇਰੀ ਜੇਲ੍ਹ ਉਹ ਟੈਂਪਰੇਰੀ ਜੇਲ੍ਹ ਡਿਕਲੇਅਰ ਕਰਨ ਦਾ ਮਤਲਬ ਹੈ ਜਦ ਤੁਸੀਂ ਕਾਗਜ਼ਾਂ 'ਤੇ ਉਹਨਾਂ ਨੂੰ ਮਤਲਬ ਅਰੈਸਟ ਕਰ ਲਿਆ ਜੇਲ੍ਹ ਚ ਪਾਤਾ ਉਦੋਂ ਮੁਰਕ ਉਹਨਾਂ ਤੇ ਮੁਕਾਦਮੇ ਚਲਾਈ ਜਾਓ ਫਿਰ ਸਾਰਿਆਂ ਨੂੰ ਖੰਡਾ ਦਿਓ ਕਿਉਂਕਿ ਰੋਜ਼ ਉੱਥੇ ਤੇਸ਼ੀਆਂ ਤੇ ਬਲਾਈ ਚੋ ਸੋ ਇਹੋ ਜਿਹੇ ਜਿਹੜੇ ਤਾਰ ਤਰੀਕੇ ਨੇ ਸਰਕਾਰ ਦੇ ਇਹੋ ਜੀ ਮੂਵਮੈਂਟ ਨੂੰ ਕਦੇ ਪ੍ਰਸ਼ਾਸਨਿਕ ਤਰੀਕੇ ਨਾਲ ਨਹੀਂ ਹੱਲ ਕਰਿਆ ਜਾ ਸਕਦਾ ਹੁੰਦਾ ਜਦ ਲੋਕ ਉੱਠ ਕੱਢਦੇ ਨੇ ਇਹਨੂੰ ਹੱਲ ਕਰਨਾ ਸੀ ਇਹਨਾਂ ਨੇ ਪੋਲੀਟਿਕਲੀ ਪੋਲੀਟਿਕਲੀ ਹੱਲ ਕਰਨ ਤੇ ਬਹੁਤ ਕਮਜ਼ੋਰ ਨੇ ਇਹ ਪ੍ਰਸ਼ਾਸਨਿਕ ਤਰੀਕੇ ਚ ਵੀ ਬਹੁਤ ਕਮਜ਼ੋਰ ਨੇ ਮੈਂ ਤੁਹਾਨੂੰ ਦੋ ਤਿੰਨ ਉਦਾਹਰਨਾਂ ਦੇਵਾਂਗਾ ਵੀ ਕਿੰਨੇ ਕਮਜ਼ੋਰ ਨੇ ਇਹਨਾਂ ਨੂੰ ਕਰਨਾ ਨਹੀਂ ਹੁੰਦਾ ਸੱਚ ਨਾਲ ਇਹਨਾਂ ਨੇ ਨੋਟਬੰਦੀ ਕਰੀ 200 ਨੋਟੀਫਿਕੇਸ਼ਨ ਚੇਂਜ ਕਰਨੀ ਪਈ ਇਹਨਾਂ ਨੂੰ ਕੁਛ ਦੇਣਾ ਚਾਹੀਦਾ ਪਰ ਪ੍ਰਧਾਨ ਮੰਤਰੀ ਨੂੰ ਕਹਣਾ ਪਈ 50 ਦਿਨ ਮੈਨੂੰ ਦੇ ਦਿਓ ਜਿਹੜੇ ਮਰਜ਼ੀ ਚੁਰਾਚ ਖੜਾ ਕੇ ਮੇਰੇ ਨਾਲ ਜੋ ਮਰਜ਼ੀ ਕਰਦੇ ਹੋ ਜੇ ਨਾ ਹੋਇਆ ਕੁਛ 50 ਦਿਨ ਛੱਡੋ ਹੁਣ ਤਾਂ 500 ਦਿਨ ਬੀਨਾਂਗੇ ਹੁਣ ਤਾਂ 5000 ਦਿਨ ਹੋਣਾ ਲਿਖਣ ਹੈ ਤੇ 2023 ਦਿਨ ਹੋ ਗਏ ਪਰ ਹੋਇਆ ਤਾਂ ਕੁਛ ਨਹੀਂ ਸੋ ਇਹ ਇਸ ਕਰਕੇ ਇਦਾਂ ਹੀ ਫਿਰ GST ਦੇ ਉੱਤੇ ਰੋਜ਼ ਨੋਟੀਫਿਕੇਸ਼ਨ ਆ ਮੈਂ ਸਰਕਾਰ ਚ ਰਿਹਾ ਜਿਹੜੀ ਨੋਟੀਫਿਕੇਸ਼ਨ ਤੁਸੀਂ ਕਰੀਏ ਜਿਹਦੇ ਤੁਹਾਨੂੰ ਹਰ ਵਕਤ ਹੀ ਘੰਟੇ-ਘੰਟੇ ਦੋ-ਦੋ ਘੰਟੇ ਬਾਅਦ ਬਦਲਾ ਕਰਨਾ ਪੈਂਦਾ ਹੈ ਤਾਂ ਇਹਦਾ ਮੈਂ ਜਾਤਾ ਤੁਸੀਂ ਸਿਆਣੇ ਨਹੀਂ ਜਾਂ ਤੁਸੀਂ ਬਿਨਾਂ ਸੋਚ ਸਮਝ ਕੇ ਕਰੀਏ ਨਹੀਂ ਵਾਰ-ਵਾਰ ਇਹ ਬਦਲਾ ਕਿਉਂ ਕਰਨੇ ਪੈਣਗੇ ਤੁਸੀਂ ਸਾਰੇ ਤੱਖਾਂ ਨੂੰ ਧਿਆਨ ਚ ਰੱਖ ਕੇ ਇਹਦਾ ਕੀ ਅਸਰ ਪੈਗਾ ਇਹ ਲਾਗੂ ਕਿਵੇਂ ਹੋਏਗੀ ਇਹਦਾ ਸਰਕਾਰ ਨੂੰ ਕੀ ਫਰਕ ਪੈਗਾ ਲੋਕਾਂ ਨੂੰ ਕੀ ਫਰਕ ਪੈਗਾ ਜਿਨ੍ਹਾਂ ਦੇ ਉੱਤੇ ਲਾਗੂ ਨਹੀਂ ਉਹਨਾਂ ਨੂੰ ਕੀ ਫਰਕ ਪੈਗਾ ਇਹ ਗੱਲਾਂ ਤੁਸੀਂ ਪਹਿਲਾਂ ਵਿਚਾਰ ਲੀ ਬਿਨਾਂ ਵਿਚਾਰੇ ਕਹਿ ਦਿੰਦੇ ਨੇ ਰਾਤ ਨੂੰ ਅਨਾਉਂ ਕਰਦੇ ਵੀ ਹੁਣ ਆਮ ਨੇ ਇਹ ਕਰਤਾ ਸੋ ਇਹ ਅਲਾਹਾਂ ਦੀ ਸਰਕਾਰ ਹੈ ਇਹ ਇਹ ਪ੍ਰਸ਼ਾਸਨ ਨਹੀਂ ਕਰਦੀ ਇਹ ਪੋਲੀਟੀਕਲੀ ਨਹੀਂ ਸੋਚਿਆ ਵਾਲਾ ਹਮ ਦੀ ਸਰਕਾਰਾਂ ਵਾਲਾ ਹਮ ਹੁੰਦਾ ਇਹਨਾਂ ਨੂੰ ਏਦਾਂ ਹੀ ਇਹਨਾਂ ਨੇ ਕੋਵਿਡ 'ਚ ਕਰਿਆ ਸਟਾਪ ਨਹੀਂ ਐਲਾਨ ਕਰਤਾ ਵੀ ਬੰਦ ਜੀ ਉਹ ਮੁੜ ਕੇ ਜ ਆਪਾਂ ਦੇਖੀਏ ਮਜ਼ਦੂਰਾਂ ਦਾ ਜੋ ਹਾਲ ਹੋਇਆ ਸੋ ਇਹ ਜੀਐਸਟੀ 'ਚ ਫੇਲ ਹੋਏ ਇਹ ਨੋਟਬੰਦੀ 'ਚ ਫੇਲ ਹੋਏ ਇਹ ਕੋਵਿਡ ਦੇ ਵਿੱਚ ਤੁਸੀਂ ਜਾ ਕੇ ਨੋਟੀਫਿਕੇਸ਼ਨ ਪੜ੍ਹਿਆ ਹੀ ਪਈਆਂ ਨੇ ਰੋਜ਼ੀ ਘੰਟੇ 15-15 ਮਿੰਟਾਂ ਬਾਅਦ ਨੋਟੀਫਿਕੇਸ਼ਨ ਇਹ ਨਹੀਂ ਤਾਂ ਸੀ ਇੰਨੇ ਬਾਰੀ ਤਾਂ ਜਿਹੜਾ ਸੀਰੀਅਸ ਬਿਮਾਰ ਉਹਦੀ ਦਵਾਈ ਨਹੀਂ ਬਦਲਣੀ ਪੈਂਦੀ ਜਿਹਨੂੰ ਹਰ ਵਕਤ ਦੇਖਦੇ ਆ ਮਾਨੀਟਰਿੰਗ ਲਗਾਤਾਰ ਹੋ ਰਹੀ ਹੁੰਦੀ ਹੈ ਸੋ ਮੈਨੂੰ ਐਂ ਲੱਗਦਾ ਹੈ ਵੀ ਇਹ ਸਰਕਾਰ ਨਾ ਸਿਆਸੀ ਤੌਰ ਤੇ ਨੂੰ ਹੈਂਡਲ ਕਰ ਸਕਦੀ ਹੈ ਨਾ ਇਹ ਪ੍ਰਸ਼ਾਸਕੀ ਤੌਰ ਤੇ ਕਰੀ ਆ ਐਵੇਂ ਮਾੜੀਆਂ ਜੀਆਂ ਜਿਹੜੀਆਂ ਚੰਗੀਆਂ ਚੱਲਾਂ ਨਹੀਂ ਹੁੰਦੀਆਂ ਪ੍ਰਾਈਮ ਮਿਨਿਸਟਰ ਜੀ ਦੇਸੀ ਦੇਸ਼ ਦੀ ਸਰਕਾਰ ਹੈ ਜਿਹੜੀ ਦੇਸ਼ ਦੀ ਸਰਕਾਰ ਹੈ ਉਹ ਦੇਸ਼ ਦੀ ਤਰ੍ਹਾਂ ਸੋਚਦੀ ਹੈ ਉਹਦਾ ਵਿਜ਼ਨ ਵੱਡਾ ਹੁੰਦਾ ਹੈ ਉਹਦੇ 'ਚ ਕੋਈ ਵੱਡੀ ਪ੍ਰੈਸਟਿਜ ਦਾ ਸਵਾਲ ਨਹੀਂ ਹੁੰਦਾ ਉਹਦੇ 'ਚ ਲੋਕਾਂ ਦੀ ਦੇਸ਼ ਦੀ ਜਿਹੜੀ ਪ੍ਰਭੂਸਤਾ ਰੱਖਿਆ ਜਨਤਾ ਦੀ ਰੱਖਿਆ ਨਾਗਰਿਕ ਦੇ ਹੱਕਾਂ ਦਾ ਸਵਾਲ ਹੈ ਉਹ ਜਾਦਾ ਉੱਪਰ ਹੁੰਦਾ ਆਪਣੀ ਈਗੋ ਨਾਲ ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗਾ ਡਾਕਟਰ ਗਰੂ ਫਿਰ ਵਾਪਸ ਆਉਂਗਾ ਕਿ ਤੁਸੀਂ ਰਾਤ ਦਾ ਹਵਾਲਾ ਦਿੱਤਾ ਸੀਗਾ ਵਿੱਚ ਕਿ ਰਾਤ ਨੂੰ ਫੈਸਲਾ ਕੀਤਾ ਗਿਆ ਸੀਗਾ ਜਿਹੜੇ ਇਸ ਤੋਂ ਪਹਿਲਾਂ ਕੁਝ ਅੰਦੋਲਨ ਹੋਏ ਆ ਜਿਵੇਂ ਅੰਨਾ ਹਰਿਆ ਅੰਦੋਲਨ ਆ RAMDEV ਦਾ ਜਿਹੜਾ ਚਾਰਚੂਨ ਦਾ ਲਾਠੀ ਚਾਰਚ ਆ ਉਸ ਤੋਂ ਸਾਰਿਆਂ ਨੂੰ ਯਾਦ ਹੋਊਗਾ ਅ ਅਸੀਂ ਖੁਦ ਉੱਥੇ ਰਿਪੋਰਟਿੰਗ ਕੀਤੀ ਆ ਅਸੀਂ ਖੁਦ ਉਹਨਾਂ ਨੂੰ ਗਰਾਊਂਡ ਤੇ ਦੇਖਿਆ ਉੱਥੇ ਵੀ ਰਾਤ ਨੂੰ ਫੈਸਲੇ ਲਏ ਜਾ ਰਹੇ ਸੀਗੇ ਤੇ ਰਾਤ ਦਾ ਖਿਆਲ ਰੱਖਣਾ ਪਊਗਾ ਪਰ ਕੱਲੀ ਰਾਤ ਦੇ ਹਨੇਰੇ ਦੇ ਵਿੱਚ ਗਵਾਚਣਾ ਵੀ ਕੋਈ ਚੰਗੀ ਸੋਚ ਨਹੀਂ ਹੈ ਰਾਤ ਤੇ ਹਨੇਰੇ ਤੋਂ ਬਾਅਦ ਸਵੇਰ ਚੜ੍ਹਦੀ ਹੈ ਤੇ ਸਵੇਰ ਦਾ ਵੀ ਸਰਕਾਰ ਨੂੰ ਸੋਚਣਾ ਪਵੇਗਾ ਜੋ ਸਵੇਰ ਚੜ੍ਹਦੀ ਹੈ ਫਿਰ ਸਵਾਲ ਪੁੱਛੇ ਜਾਂਦੇ ਆ ਮੈਂ ਲਗਾਤਾਰ ਪੁੱਛੂੰਗਾ ਵਾਪਸ ਆ ਰਹੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆ ਦਿੱਲੀ ਦੇ ਕਿਸਾਨਾਂ ਦੀ ਕਿੰਨੀ ਮੰਨੀ ਅਸੀਂ ਸਵਾਲ ਲਗਾਤਾਰ ਡਟਕਰ ਘਰਾਂ ਨੂੰ ਪੁੱਛ ਰਹੇ ਹਾਂ ਡਟਕਰਗ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਸਵਾਲ ਦਾ ਜ਼ਿਕਰ ਹੈ ਜਿਹੜਾ ਤੁਹਾਡੇ ਹਵਾਲੇ ਨਾਲ ਛੱਡ ਕੇ ਗਿਆ ਸੀਗਾ ਰਾਤ ਵਾਲਾ ਸਰ ਜਿਹੜੇ ਅੰਦੋਲਨ ਇਸ ਤੋਂ ਪਹਿਲਾਂ ਤਾਰਪੀਡੋ ਕੀਤੇ ਕੀਆ ਜਾਂ ਉਹਨਾਂ ਦੀ ਸਫਲਤਾ ਜਿੰਨੀ ਵੀ ਮਿਲੀ ਆ ਉਸ ਤੇ ਵਿਚਾਲੇ ਰਾਤ ਨੂੰ ਸਰ ਰਣਨੀਤੀਆਂ ਬੰਦੀਆਂ ਸੀਗੀਆਂ ਮੇਰਾ ਸਵਾਲ ਰਾਤ ਨਾਲ ਜੁੜਿਆ ਹੋਇਆ ਨਹੀਂ ਸਰ ਮੇਰਾ ਸਵਾਲ ਇਹ ਹੈ ਕਿ ਉਸ ਮੈਦਾਨ ਨਾਲ RAMLILA ਮੈਦਾਨ ਤੋਂ ਬਰਾੜੀ ਦੇ ਵਿੱਚ ਜਿਹੜਾ ਮੈਦਾਨ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਉਸ ਤੇ ਸਵਾਲ ਹੈ ਕਈ ਲੋਕੇ ਚੱਤਰ ਛੇੜਦੇ ਆ ਕਿ ਇਹਨਾਂ ਨੂੰ ਇਕੱਠੇ ਕਰਕੇ ਅੰਦੋਲਨ ਜਿਹੜਾ ਤਾਰਪੀਡੋ ਕਰਨ ਦੀ ਕੋਸ਼ਿਸ਼ ਹੈ ਸਰਕਾਰ ਦੀ ਸਰ ਤੁਸੀਂ ਇਸ ਸਫਾਕ ਨਾਲ ਸਹਿਮਤ ਹੋ ਜਾਂ ਨਹੀਂ ਨਹੀਂ ਮੈਂ ਇਸ ਨਾਲ ਪੂਰੀ ਤਰ੍ਹਾਂ ਹੀ ਸਨ ਤਾਂ ਤਕਰੀਬਨ ਉਹਦਾ ਕਾਰਨ ਇਹ ਆਇਆ ਵੀ ਇੱਕ ਤਾਂ ਜਿਹੜੀ ਉਹ ਜਗ੍ਹਾ ਹੈ ਉਹਦੇ ਵਿੱਚ ਕੁਝ ਭਾਵਨਾ ਦਾ ਫਰਕ ਹੈਗਾ ਕਿਉਂਕਿ ਉਹ ਨਨਕਾਰੀਆਂ ਨਾਲ ਜੁੜੀ ਹੋਈ ਹੈ ਤੇ ਪੰਜਾਬ ਦਾ ਦੇ ਵਿੱਚ ਇਹੋ ਜਿਹੀ ਕੰਟਰੋਵਰਸੀ ਆਪ ਨੂੰ ਪਤਾ ਹੀ ਆ ਜੋ 78 ਨੂੰ ਯਾਦ ਕਰਾ ਦਿੰਦੀ ਹੈ ਉਹ ਮੁਰਗੇ ਤੇ ਦੂਜਾ ਜਿਹੜਾ ਸੀ ਵੀ ਜਦ ਤਾ ਕੋਈ ਇਨਾ ਵੱਡਾ ਸਪੋਰਟਡ ਉਹਦੋਂ ਹਾਲਾਂਕਿ ਸਰਕਾਰ ਦੂਜੀ ਸੀ ਇਨਾ ਵੱਡਾ ਸਪੋਰਟਡ ਅੰਦੋਲਨ ਸੀ ਉਹਦੇ ਚ ਬੰਦੇ ਬਹੁਤ ਥੋੜੇ ਸੀ ਬੜੀਆਂ OVB ਲੱਗੀਆਂ ਹੋਈਆਂ ਸੀ ਮੈਂ ਖੁਦ ਇੱਕ ਦਿਨ ਪੂਰਾ ਲਾ ਕੇ ਰਾਮਦਾ ਮੈਦਾਨ ਚੋਂ ਉਹਦੇ ਦੇਖ ਕੇ ਆ ਨਾਜਰਦ ਅੰਦੋਲਨ ਜਿਸ ਦਿਨ ਮੈਂ ਉੱਥੇ ਗਿਆ ਸੀ ਪੂਰਾ ਦਿਨ ਲਾਇਆ ਮੈਂ ਚ ਉਹਦੇ ਕਿਰਨਵੀਰ ਦੀ ਜੀ ਉਹਨਾਂ ਦੇ ਸਟੇ ਸਖਤਰ ਸੀਗਾ ਉੱਥੇ ਇੱਕ ਸਟੇਡੀਅਮ ਟਾਈਪ ਦਾ ਬਣਾ ਹੋਇਆ ਸੀ ਉਹਦੇ ਉੱਤੇ ਇਹ ਕਰ ਰਹੇ ਸੀ 10-12 ਹਜ਼ਾਰ ਤੋਂ ਵੱਧ ਬੰਦਾ ਨਹੀਂ ਸੀ ਇੱਕ ਇੱਕ ਨੂੰ ਰੋਟੀ ਵੀ ਇੱਕ ਇੱਕ ਨੂੰ ਗਲੋਬੇਟ ਲੱਗੇ ਸੀ ਹਾਲਾਂਕਿ ਤੇ ਇੱਕ ਇੱਕ ਨੂੰ ਰੋਟੀ ਦਿੰਦੇ ਸੀ ਤਾਂ ਕਿ ਲਾਈਨ ਵੱਡੀ ਲੱਗੇ ਐਂਟਰੀ ਵੀ ਇਦਾਂ ਹੀ ਸੀ ਕਿ ਉੱਥੇ ਜਿਹੜੇ ਸੀ ਆਪਣਾ ਸ਼ੈੱਡ ਖਾਲੀ ਪੈ ਸੀ ਸ਼ੈੱਡ ਬਹੁਤ ਜ਼ਿਆਦਾ ਬਣੇ ਹੋਏ ਸੀ ਸੋ ਉਹਦੇ ਵਿੱਚ ਜਿਹੜਾ ਇਹ ਸਿਸਟਮ ਹੈ ਇਹਨਾਂ ਦਾ ਉਹ ਇਹਨਾਂ ਨੂੰ ਇਹ ਹੈ ਕਿ ਇੱਕ ਤਾਂ ਪਹਿਲੀ ਗੱਲ ਤਾਂ ਬੜੀ ਇਹ ਮਨੋ ਕਰੀਰ ਹੋ ਕੇ ਔਰ ਕਿਸਾਨਾਂ ਨੇ ਕਿਹਾ ਵੀ ਜੇ ਸਪਸ਼ਟ ਗੱਲ ਕਰਨਾ ਚਾਹੁੰਦੇ ਰੋਜ਼ ਪਹਿਲੀ ਗੱਲ ਹੈ ਅਜੇ ਤੱਕ ਇਹ ਕਹੀ ਜਾਂਦੇ ਨੇ ਕਿ ਜੀ ਅਸੀਂ ਤਾਂ ਬਿੱਲ ਬਿਲਕੁਲ ਠੀਕ ਨੇ ਬਿੱਲ ਵਾਪਸ ਨਹੀਂ ਹੋਣੇ ਕੋਈ ਤਬਦੀਲੀ ਨਹੀਂ ਹੋਣੀ ਫਿਰ ਇੱਕ ਬਾਬੂ ਗਰੀ ਦੇ ਹੁੰਤਵਾਇਆਂ ਮੈਂ ਪ੍ਰਸ਼ਾਸਨ ਦੇ ਵਿੱਚ ਰਹਿ ਕੇ ਇੱਕ ਦੇਖਿਆ ਜਦ ਤੁਸੀਂ ਫੈਸਲਾ ਕਰਨਾ ਹੁੰਦਾ ਹੈ ਉਦੋਂ ਤੁਸੀਂ ਕੌਮੇ ਫੁੱਲ ਸਟਾਫ ਤੇ ਪਹਿਲਾਂ ਨਹੀਂ ਪੈਂਦੇ ਪਹਿਲਾਂ ਕਹਿੰਦੇ ਅੱਛਾ ਦੱਸੋ ਭਾਈ ਤੁਹਾਡੀ ਗੱਲ ਕੀ ਹੈ ਫਿਰ ਤੁਸੀਂ ਉਹਨੂੰ ਫਾਰਮਲਾਈਜ਼ ਕਰਦੇ ਹੋ ਇਹ ਉਲਟਾ ਕਰਦੇ ਨੇ ਉਹ ਦੇਖੋ ਜੀ ਉੱਤੇ ਕਿਤੇ ਲਿਖਿਆ ਤਾਂ ਹੈ ਨਹੀਂ ਵੀ ਐਮ ਐਸ ਪੀ ਐਸੀ ਰੋਕਣੀ ਹੈ ਉਨੂੰ ਪੁੱਛੇ ਇਮਪੈਕਟ ਕੀ ਹੈ ਸੋ ਇਸ ਕਰਕੇ ਜਿਹੜਾ ਅੱਜ ਪੋਲੀਟੀਕਲੀ ਸਰਕਾਰ ਇਸ ਗੱਲ ਤੇ ਕਲੀਅਰ ਹੀ ਨਹੀਂ ਵੀ ਅਸੀਂ ਕਰਨਾ ਕੀ ਹੈ ਡੱਟਕਰਕ ਮੈਂ ਮੈਂ ਸਿਰਫ ਤੁਹਾਨੂੰ ਸਵਾਲ ਕਰ ਰਿਹਾ ਸੀਗਾ ਤੁਸੀਂ ਉਸ ਦੇ ਉਚਾਲੇ ਡੱਟਕਰਕ ਅੱਧੀ ਗਲਤੀ ਕਰਨਾ ਦੂਜੇ ਪਾਸੇ ਕਲੀਅਰ ਹੈ ਕਿ ਅਸੀਂ ਕਾਰਪੋਰੇਟ ਦਾ ਪੂਰਾ ਕਰਨਾ ਹੈ ਬਸ ਆ ਗੱਲ ਹੈ ਡੱਟਕਰਕ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਰ ਉਸ ਸੰਦਰਭ ਦੇ ਨਾਲ ਹੀ ਜੁੜਾ ਹੈ ਮੇਰਾ ਸਵਾਲ ਆ ਜਿਹੜਾ ਗੱਲ ਤੁਸੀਂ ਸਰ 78 ਨਾਲ ਜੋੜ ਕੇ ਸਾਰਿਆਂ ਨੂੰ ਦੇਖ ਰਹੇ ਹੋ ਮੇਰਾ ਸਵਾਲ ਹੈ ਸਰ ਇਹ ਉੱਥੇ ਤਕਰੀਬਨ ਜਿਹੜੇ ਅੰਦੋਲਨ ਹੁੰਦੇ ਉਹਨੂੰ ਧਰਮ ਨਾਲ ਜੋੜ ਦਿੱਤਾ ਜਾਂਦਾ ਹੈ ਦਿੱਲੀ ਦੇ ਵਿੱਚ ਜਿਹੜੇ ਅੰਦੋਲਨ ਵੱਡੇ ਵੱਡੇ ਸਰ ਤੁਸੀਂ ਵੀ ਦੇਖਿਆ ਮੈਂ ਵੀ ਦੇਖਿਆ ਉਹਨਾਂ ਨੂੰ ਮੇਰਾ ਸਵਾਲ ਹੈ ਕਿਤੇ ਇਸ ਨੂੰ ਉਹਨਾਂ ਨੂੰ ਧਰਮ ਨਾਲ ਤਣ ਜੋੜ ਕੇ ਦੇਖਿਆ ਜਾ ਰਿਹਾ ਸਰ ਨਹੀਂ ਜੇ ਕੋਈ ਇਸ ਨੂੰ ਅੱਜ ਇਸ ਤਰ੍ਹਾਂ ਨਹੀਂ ਦੇਖਿਆ ਜਾ ਰਿਹਾ ਇਹਨੂੰ ਪੰਜਾਬ ਦੇ ਨਾਲ ਜੋੜ ਕੇ ਵਾਕਿਆ ਜ਼ਿਆਦਾ ਦੇਖਿਆ ਜਾ ਰਿਹਾ ਇਸੇ ਕਰਕੇ ਵਾਰ-ਵਾਰ ਕਿਹਾ ਜਾਂਦਾ ਵੀ ਤਾਂ ਕੱਲੇ ਪੰਜਾਬ ਚ ਹੈ ਜੀ ਇਹ ਜਿਹੜਾ ਕੋਸ਼ਿਸ਼ ਕਰੀਆ ਕਹਿੰਦੀ ਕਿ ਜੀ ਕੱਲੇ ਪੰਜਾਬ ਚ ਹੈ ਪੰਜਾਬ ਨੂੰ ਡੈਫੀਨਿਟਲੀ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰੀ ਜਾਂਦੀ ਹੈ ਔਰ ਪਹਿਲੀ ਕੋਸ਼ਿਸ਼ ਆਈਸੋਲੇਟ ਕਰਦੇ ਕਰਦੇ ਹੀ ਵੀ ਇਹ ਨਾਲ ਇਹਨਾਂ ਦੀ ਕਿ 2022 ਚ ਅਸੀਂ ਜੇ ਭਾਜੀ ਆ ਜੇ ਕੋਈ ਨਾ ਕੋਈ ਇਹਨਾਂ ਨੂੰ ਮੜਾ ਮੋਟਾ ਕਹਿ ਕੇ ਦੇਖੋ ਜੀ ਭਾਜੀ ਤੁਹਾਡੇ ਬੜੇ ਹੱਕ ਚਾਹ ਫਰਾਨਾ ਹੈ ਉਸ ਪਾਸੇ ਨੂੰ ਹਾਲਾਂਕਿ ਕੋਈ ਇਹਨਾਂ ਨੂੰ ਜਿਸ ਤਰ੍ਹਾਂ ਦੇ ਹਾਲਤ ਨੇ ਜਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਵਾਰ ਹੈ ਪਿੰਡ ਪਿੰਡ ਤੇ ਜਿਸ ਤਰ੍ਹਾਂ ਦਾ ਸਾਰਾ ਵਪਾਰੀ ਆਰਤੀਆ ਮਨੀਮ ਪੱਲੇਦਾਰ ਜਿਸ ਤਰ੍ਹਾਂ ਦੁਕਾਨਦਾਰ ਰੇੜੀ ਵਾਲਾ ਰਿਕਸ਼ੀ ਵਾਲਾ ਨੇ ਤਾਂ ਤੰਗ ਹੈ ਉਸ ਤਰ੍ਹਾਂ ਇਹਨਾਂ ਦਾ ਕੋਈ ਭਾਵੇਂ ਰਸਤਾ ਨਹੀਂ ਲੰਦਾ ਔਰ ਅਜੇ ਵੀ ਇਹ ਹੋਪ ਅਗੇਂਸਟ ਹੋਪ ਜਿਹਨੂੰ ਕਹਿੰਨੇ ਆਪਾਂ ਉਹਦੇ ਵਿੱਚ ਇਹ ਇਹ ਸੋਚਦੇ ਨੇ ਵੀ ਅਸੀਂ ਕਿਉਂਕਿ ਇਹਨਾਂ ਦੀ ਇੱਕ ਮਾਨਸਿਕਤਾ ਹੈ ਇੱਕ ਮਾਨਸਿਕਤਾ ਹੁੰਦੀ ਹੈ ਕਿ ਅਸੀਂ ਲੋਕਾਂ ਨੂੰ ਖੁਸ਼ ਕਰਕੇ ਰਾਜ ਕਰਨਾ ਹੈ ਇੱਕ ਹੁੰਦੀ ਹੈ ਵੀ ਕੁੱਟ ਕੇ ਰਾਜ ਕਰਨਾ ਹੈ ਦਬਾ ਕੇ ਰਾਜ ਕਰਨਾ ਹੈ ਪੁੱਠੇ ਮਾਰ ਕੇ ਰਾਜ ਕਰਨਾ ਹੈ ਮੈਂ ਇੱਕ ਇੱਕ ਵਾਰੀ ਇਹ ਅਕਾਲੀ ਬੀਜੇਪੀ ਸਰਕਾਰ ਦੇ ਮੰਤਰੀ ਨੂੰ ਕਹਿੰਦਾ ਤੁਸੀਂ ਫੈਸਲਾ ਕਰੋ ਵੀ ਲੋਕਾਂ ਨੂੰ ਪੜਾ ਕੇ ਤੇ ਚੰਗੀ ਸੇਧ ਦੇ ਕੇ ਰਾਜ ਕਰਨਾ ਹੈ ਰਾਜ ਤਾਂ ਤੁਸੀਂ ਹੀ ਕਰਨਾ ਹੈ ਤੇ ਜਾਂ ਤੁਸੀਂ ਲੋਕਾਂ ਨੂੰ ਕੁੱਟ ਕੇ ਰਾਜ ਕਰਨਾ ਹੈ ਸੋ ਇਹ ਅੱਜ ਸਰਕਾਰ ਇਸ ਪਾਸੇ ਤੁਰੀ ਹੋਈ ਹੈ ਵੀ ਲੋਕਾਂ ਨੂੰ ਕੁੱਟ ਕੇ ਡਿਵਾਈਡ ਕਰਕੇ ਤੰਗ ਕਰਕੇ ਰਾਜ ਕਰਨਾ ਹੈ ਇਹਨਾਂ ਦੀ ਥਿਊਰੀ ਇਹ ਹੈ ਇਹਨਾਂ ਦਾ ਸਿਧਾਂਤ ਇਹ ਹੈ ਕਿ ਜਿੰਨਾ ਜ਼ਿਆਦਾ ਲੋਕ ਭੁੱਖੇ ਰਹਿਣਗੇ ਉਹਨਾਂ ਸਾਡੇ ਥੱਲੇ ਲੱਗਣਗੇ ਦਲਤਾਂ ਨਾਲ ਇਹਨਾਂ ਨੇ ਪਹਿਲਾਂ ਹੀ ਕਰਿਆ ਹੋਇਆ ਸੀ ਵਿਦਾਂਤਰ ਦਾ ਕੁਝਾਂ ਨਾ ਕਿ ਤੁਣਗੇ ਜੀ ਪਿੱਛੇ ਆਪਦੇ ਉਹ ਝਾੜੀ ਬਣ ਕੇ ਰੱਖਣਗੇ ਤਾਂ ਕਿ ਉਹਨਾਂ ਦੇ ਪੈਰਾਂ ਦੇ ਜਿਹੜੇ ਹੋਵੇ ਉਹ ਮਿੱਟੇ ਜਾਣ ਪੈਰ ਉਹਦੇ ਤੇ ਬ੍ਰਾਹਮਣ ਦਾ ਪੈਰ ਨਾ ਆਵੇ ਜੀ ਸੋ ਇਹ ਜਿਹੜਾ ਉਹ ਘੋੜੇ ਤੇ ਨਹੀਂ ਚੜ ਸਕਦਾ ਜੀ ਉਹ ਫਲਾਨੀ ਚੀਜ਼ ਨਹੀਂ ਹਥਿਆਰ ਨਹੀਂ ਫੜ ਸਕਦਾ ਜੀ ਇਹ ਸਾਰਾ ਕੁਝ ਜਿਹੜਾ ਹੈ ਕਿਸੇ ਬੰਦੇ ਨੂੰ ਇੰਨਾ ਇਹਨਾਂ ਨੇ ਕਹਿਤਾ ਇੱਕ ਕਲਾਇੰਟ ਮੈਂ ਕਹਾਂਗਾ ਇਹਨਾਂ ਨੇ ਕਹਿਤਾ ਵੀ ਇਹਨਾਂ ਨੂੰ ਤਾਂ 5 ਕਿਲੋ ਆਟੇ ਨਾਲ ਖਰੀਦ ਲੈਣੇ ਤੁਸੀਂ ਜਿਹੜੇ ਜਿਹੜੀ ਸਿਆਸੀ પાર્ટી ਦੀ ਇਹ માનਸਿਕਤਾ ਹੋਵੇ ਕਿ ਤੁਸੀਂ ਲੋਕਾਂ ਨੂੰ 5 ਕਿਲੋ ਆਟੇ ਨਾਲ ਖਰੀਦ ਸਕਦੇ ਹੋ ਉਹ ਮੈਨੂੰ ਲੱਗਦਾ ਨਹੀਂ ਵੀ ਦੇਸ਼ ਦਾ ਕੁਝ ਕਰੂੰਗੀ ਡਾਟਾ ਕਰਕੇ ਮੈਂ ਤੁਹਾਡੇ ਸਵਾਲਾਂ ਵਿੱਚੋਂ ਸਿਰ ਸਵਾਲ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਹੜਾ ਇੱਕ ਸਵਾਲ ਤੁਸੀਂ ਸਰ ਸ਼ੁਰੂ ਕੀਤਾ ਸੀਗਾ ਉਸੇ ਸਵਾਲ ਨਾਲ ਜੁੜਾ ਹੈ ਮੇਰਾ ਸਵਾਲ ਹੈ ਸਰ ਸਾਡਾ ਕੁਝ ਹਿੱਸਾ মিডিਆਜ਼ ਆ ਜਿਹੜਾ ਕੌਮੀ মিডিਆ ਜਿਹਨੂੰ ਮੇਨਸਟ੍ਰੀਮ মিডিਆ ਕਿਹਾ ਜਾਂਦਾ ਉਹ ਇਸ ਮੁੱਦੇ ਨੂੰ ਖਾਲਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਵੀ ਲੱਗਾ ਹੋਇਆ ਡਟ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਹੈ ਡਟ ਕਰ ਮੇਰਾ ਸਵਾਲ ਇਸ ਕਰਕੇ ਆ ਵਾਰ-ਵਾਰ ਤੁਹਾਨੂੰ ਕਿ ਇਸ ਨੂੰ ਧਰਮ ਵਾਲਾ ਚਸ਼ਮਾ ਇਸ ਨੂੰ ਦੈਸ਼ਗਰਦੀ ਵਾਲਾ ਚਸ਼ਮਾ ਇਸ ਨੂੰ ਖਾਲਿਸਤਾਨ ਵਾਲਾ ਚਸ਼ਮਾ ਇਸ ਨਾਲ ਕੁਝ ਹੋਰ ਚਸ਼ਮੇ ਜੋੜ ਕੇ ਸਰ ਇਸ ਅੰਦੋਲਨ ਨੂੰ ਸਾਬੋਟਾਜਤਾ ਨਹੀਂ ਕਰ ਦਿੱਤਾ ਜਾਊਗਾ ਡਾਟਾਗਰ ਮੇਰਾ ਸਵਾਲ ਹੈ ਇਸ ਕਰਕੇ ਸੀਗਾ ਸਰ ਮੈਂ ਪਵਿੱਖਦੇ ਸਵਾਲ ਕਰ ਰਿਹਾ ਡਾਟਾਗਰ ਤੁਹਾਨੂੰ ਬਿਲਕੁਲ ਠੀਕ ਹੈ ਦੇਖੋ ਇਹਦੇ ਵਿੱਚ ਏਜੰਸੀਆਂ ਦੀ ਭੂਮਿਕਾ ਕੋਈ ਟੁਕੜਾਈ ਨਹੀਂ ਕਰ ਸਕਦਾ ਧਰਜੀ ਕਿਤਾਬਾਂ ਲੋ ਕਿਵੇਂ ਉਹਨਾਂ ਨੇ 87 86 ਤੋਂ ਬਾਅਦ ਜੋ ਕੁਝ ਹੋਇਆ 85 ਤੋਂ ਬਾਅਦ ਉਹਦੇ ਚ ਇਹਨਾਂ ਏਜੰਸੀਆਂ ਨੇ ਕਿਵੇਂ ਕਤਲ ਕਰਾਇਆ ਹੁਣ ਵੀ ਇੱਕ ਮੋਰਚਾ ਐਸਾ ਸੀ ਜਿੱਥੇ ਖਾਲਸਾ ਦੇ ਸ਼ਰਿਆਮਨਾਰੇ ਲੱਗਦੇ ਸੀ ਉੱਥੇ ਤਾਂ ਕਿਸੇ ਨੂੰ ਇਤਰਾਜ਼ ਨਹੀਂ ਸੀ ਉਹਨਾਂ ਨੇ ਬੈਰੀਕੇਡ ਵੀ ਸਭ ਤੋਂ ਪਹਿਲਾਂ ਹੀ ਉਹ ਕਰੇ ਸੋ ਜਿਹੜਾ ਇਹ ਕਰਨਾ ਹੈ ਕਿ ਤੁਸੀਂ ਇਸ ਨੂੰ ਖਾਲਿਸਤਾਨ ਦਾ ਨਾਂ ਦੇ ਕੇ ਕਿ ਜੇ ਤਾਂ ਖਾਲਿਸਤਾਨ ਬਣਾ ਰਹਿਣਗੇ ਇਹ ਤਾਂ ਦੇਸ਼ ਨੂੰ ਤੋੜ ਦੇਣਗੇ ਹਰੇਕ ਗੱਲ ਨੂੰ ਜਿਵੇਂ ਇਹੀ ਕੱਲੇ ਦੇਸ਼ ਦੇ ਰਾਖੇ ਨੇ ਸਭ ਤੋਂ ਵੱਡੀ ਗੱਲ ਇਹ ਕਹਿਣਾ ਇਹ ਇਹਨਾਂ ਦੇ ਮੰਨਦਿਆ ਇੱਕ ਭ੍ਰਾਂਤੀ ਬਣੀ ਹੋਈ ਆ ਵੀ ਸ਼ਾਇਦ ਇਹ ਬੀਜੇਪੀ ਹੀ ਦੇਸ਼ ਦੀ ਰਾਖੀ ਆ ਆਰਐਸਐਸ ਹੀ ਦੇਸ਼ ਦਾ ਰਾਖਾ ਹੈ ਬਾਕੀ ਸਭ ਦੇਸ਼ ਦੇ ਦੁਸ਼ਮਣ ਨੇ ਚਾਹੇ ਉਹ ਮਿਨੋਰਟੀਜ਼ ਨੇ ਚਾਹੇ ਉਹ ਧਾਲਤ ਨੇ ਚਾਹੇ ਉਹ ਔਰਤਾ ਹੈ ਸਾਰਿਆਂ ਨੂੰ ਦਬਾ ਕੇ ਰੱਖੋ ਕਿਉਂਕਿ ਦੇਸ਼ ਦੇ ਦੁਸ਼ਮਣ ਨੇ ਤੇ ਕੁੱਟ ਕੇ ਰੱਖੋ ਇਹ ਜਿਹੜੀ ਮਾਨਸਿਕਤਾ ਇਹ ਹੈਗੀ ਹੈ ਇਹ ਪਰ ਕਿਉਂਕਿ ਕਿਸਾਨ ਅੰਦੋਲਨ ਚ ਦੇਖੋ ਪਹਿਨਾ ਇਹ ਜਿਹੜਾ ਅੰਦੋਲਨ ਸੀਗਾ ਸ਼ਹੀਨ ਬਾਗ ਦਾ ਉਹਨੂੰ ਇਹ Hindu Muslim ਬਣਾ ਕੇ ਕੋ ਪੂਰਾ ਨਹੀਂ ਬਣਾ ਸਕੇ ਪਰ ਕੋਵਿਡ ਦੇ ਨਾਲ ਦੇ ਉੱਤੇ ਉਹਨੂੰ ਦਬਾਇਆ 370 ਵਾਲੇ ਨੂੰ Hindu Muslim ਦੇਸ਼ ਦੀ ਏਕਤਾ ਜੇ ਉਹ ਕਹਿ ਕੇ ਬਣਾਤਾ ਹੁਣ ਜਿਹੜਾ ਕਿਸਾਨੀ ਦਾ ਅੰਦੋਲਨ ਹੈ ਇਦੇ ਵਿੱਚ ਫਸ ਗਏ ਇਹਦੇ ਵਿੱਚ ਇਹ ਫਸ ਗਏ ਵੀ ਨਾ ਤਾਂ ਇਹ ਸਿੱਖਾਂ ਦਾ ਹੈ ਨਾ ਇਹ ਹਿੰਦੂਆਂ ਦਾ ਹੈ ਨਾ ਇਹ ਇਕੱਲੇ ਕਿਸਾਨਾਂ ਦਾ ਹੈ ਨਾ ਇਹ ਇਕੱਲੇ ਮਰਦਾਂ ਦਾ ਹੈ ਨਾ ਇਹ ਇਕੱਲੀਆਂ ਔਰਤਾਂ ਦਾ ਹੈ ਨਾ ਇਹ ਇਕੱਲੇ ਨੌਜਵਾਨਾਂ ਦਾ ਹੈ ਨਾ ਇਹ ਇਕੱਲੇ ਪੜ੍ਹੇ ਲਿਖਾਂ ਦਾ ਹੈ ਨਾ ਇਹ ਇਕੱਲੇ ਹਣ ਪੜਾਂ ਦਾ ਹੈ ਨਾ ਇਹ ਇਕੱਲੇ ਵਪਾਰੀਆਂ ਦਾ ਹੈ ਨਾ ਇਹ ਇਕੱਲੇ ਮਜ਼ਦੂਰਾਂ ਦਾ ਹੈ ਇਹ ਸਾਰਾ ਰਲਮਾ ਮੇਰਾ ਹੈ ਇਹਨਾਂ ਨੂੰ ਅਸਲ ਥੀ ਪੈ ਗਿਆ ਇਹਨਾਂ ਨੂੰ ਮੂੰਹ ਪੈ ਗਿਆ ਜਦ ਕਿਸੇ ਬੰਦੇ ਨੂੰ ਕੁਝ ਨਾ ਕਹੋ ਨਾ ਉਹਨੂੰ ਉਹ ਚੈਲੰਜ ਚੁਣੌਤੀ ਉੱਤੇ ਵੱਡੀ ਨਾ ਮਿਲੇ ਉਹ ਹੰਕਾਰੀ ਜ਼ਿਆਦਾ ਹੋ ਜਾਂਦਾ ਹੈ ਇਨਾਂ ਨੇ ਨੋਟ ਬੰਦੀ ਕਰੀ 150 200 ਬੰਦਾ ਮਰ ਗਏ ਆ ਲੈਣਾ ਚ ਖੜ ਕੇ ਲੋਕ ਦੁਖੀ ਹੋ ਗਏ ਭ੍ਰਾਂਤੀ ਇਹ ਪੈਦਾ ਕਰ ਰੱਖੀ ਵੇ ਸਿੱਧਾ ਬੰਦਿਆਂ ਦਾ ਜਿਹੜਾ ਕਾਲਾ ਧਨ ਉਹ ਵਾਪਸ ਲਾਵਾਂਗੇ ਉਹ ਆਇਆ ਤਾਂ ਹੈ ਨਹੀਂ 15 ਲੱਖ 43000 ਕਰੋੜ ਦੇ ਨੋਟ ਸੀਗੇ ਜਿੱਚੋ 1531000 ਕਰੋੜ ਤਾਂ ਇਹਨਾਂ ਕੋਲ ਜਮ੍ਹਾਂ ਹੀ ਹੋ ਗਿਆ 30000 ਕਰੋੜ ਸਾਰੀ 18000 ਕਰੋੜ ਦੇ ਉੱਤੇ ਕੀ ਕਰਿਆ ਹੋ ਕੀ ਨਹੀਂ ਆਪੇ ਸਾਬ ਲਾ ਪੁਆਇੰਟ 13000 ਇਸੇ ਤਰ੍ਹਾਂ ਹੀ ਜਿਹੜਾ ਸੀ ਇਹਨਾਂ ਨੇ ਜੀਐਸਟੀ ਲਾਇਆ ਉਦੋਂ ਇਖਤਰ ਦਾ ਫਾਈਨਾਂਸ ਮਿਨਿਸਟਰੀ ਕਿੱਦਾਂ ਪੰਦਾ ਸੀ ਵੀ ਬੜਾ ਵਧੀਆ ਹੋ ਗਿਆ ਫਿਰ ਇਹਨਾਂ ਨੇ ਜਿਹੜਾ ਇਹ ਆਪਣਾ ਸੀਏ ਐਨ ਆਰ ਸੀ ਦਾ ਉਦੋਂ ਤੇ ਹਾਲਾਂਕਿ ਉਹਦੇ ਚ ਕਾਫੀ ਪਿੱਛੇ ਵੀ ਹਟੇ ਅੰਦਰੋਂ ਅੰਦਰੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ ਜਿਹੜੀ ਇਹਨਾਂ ਨੇ 2003 ਚ ਜਾਂ 4 ਚ ਨੋਟੀਫਿਕੇਸ਼ਨ ਕਰੀਆ ਉਹਦੇ ਵਿੱਚ ਪਹਿਲਾਂ ਹੀ ਇਹਨਾਂ ਨੂੰ ਪਤਾ ਹੀ ਨਹੀਂ ਸੀ ਅੰਦਾਜ਼ੇ ਦਾ ਤੇ ਹਿਸਾਬ ਲਾ ਲਓ ਤੁਸੀਂ ਵੀ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ 14 ਲੱਖ ਤਾਂ ਉਹਦੇ ਚੋਂ Hindu ਨਿਕਲਿਆ ਹੋਊਗਾ ਜਿਹੜੇ 19 ਲੱਖ ਬੰਦੇ ਕਹਿੰਦੇ ਸੀ ਉਹਦੇ 14 ਲੱਖ Hindu ਨਿਕਲੇ ਵੀ ਉਹਦਾ ਕੀ ਕਰੀਏ ਫਿਰ ਬੰਗਲਾਦੇਸ਼ ਜਿਹੜੇ ਜਿੰਨਾਂ ਕੋਲ ਉਹ ਨਹੀਂ ਸੀਗੇ ਤੁਸੀਂ ਡਾਟਾ ਕਰਕੇ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਡਾਟਾ ਕਰਕੇ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਉਹ ਇਹ ਦੱਸ ਰਹੇ ਨਹੀਂ ਕਿਹਾ ਜਦ ਮਜ਼ਦੂਰ ਇਹਨਾਂ ਨੂੰ ਜਾਣਾ ਪਿਆ ਤਾਂ ਨਹੀਂ ਕੁਛ ਕਿਹਾ ਕੋਵਿਡ ਤੇ ਸਾਰੀਆਂ ਪਾਰਟੀਆਂ ਨਾਲ ਰਲ ਗਈਆਂ ਆ ਕਿਸਾਨਾਂ ਚ ਇਹਨੂੰ ਵੱਡਾ ਚੜ੍ਹ ਗਿਆ ਡੱਟਕਰ ਜਿਸ ਤਰੀਕੇ ਨਾਲ ਡੱਟਕਰ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਤੁਸੀਂ ਕਹਿ ਰਹੇ ਹੋ ਕਿ ਕੈਲਕੂਲੇਸ਼ਨ ਹੈ ਜਿਹੜੀ ਉਹ ਸਰਕਾਰ ਦੀ ਗਲਤ ਹੋ ਰਹੀ ਹੈ ਜਿਹੜੀਆਂ ਪਿਛਲੇ ਚੀਜ਼ਾਂ ਤੁਸੀਂ ਉਦਾਹਰਨਾਂ ਵੀ ਦਿੱਤੀਆਂ ਡੱਟਕਰ ਇਹ ਦਿੱਲੀ ਚਲੋ ਦੇ ਵਿੱਚ ਵੀ ਸਾਰ ਇਹਨਾਂ ਦੀ ਕੈਲਕੂਲੇਸ਼ਨ ਗਲਤ ਹੋਈ ਹੈ ਕਿ ਇੰਨਾ ਵੱਡਾ ਹਜੂਮ ਹੈ ਇੰਨਾ ਵੱਡਾ ਇਕੱਠਾ ਹੋ ਜਾਊਗਾ ਕਿ ਇਹਨਾਂ ਨੂੰ ਸ਼ੱਕ ਸੀਗਾ ਕਿ ਹਰਿਆਣਾ ਦਾ ਕਿਸਾਨ ਨਹੀਂ ਤੁਰੂਗਾ ਨਾਲ ਦੋਨੇ ਕਮਸੀ ਇਹਨਾਂ ਨੂੰ ਇਹਨਾਂ ਨੂੰ ਪਹਿਲੀ ਗੱਲ ਇਹ ਸੀ ਇਹਨਾਂ ਦੀ ਜਿਹੜੀ ਇੱਥੇ ਕਿਉਂਕਿ ਇਹਨਾਂ ਦੇ ਵਿੱਚ ਬਣ ਗਈ ਹਮੇਸ਼ਾ ਡੈਮੋਕ੍ਰੇਸੀ ਤਾਂ ਚੱਲਦੀ ਹੈ ਜੇ ਇੱਥੇ ਜਾਂ ਤਾਂ ਮਹੀਂ ਬੋਲੀ ਜਾਵਾਂ ਜਾਂ ਤੁਸੀਂ ਕਦੇ ਬੋਲੀ ਜਾਮੋ ਮੈਂ ਕਹਾ ਯਾਰ ਛੱਡ ਜਾ ਰਹੀ ਇਹਦੇ ਨਾਲ ਕਾਹਨੂੰ ਆਪਾਂ ਪੰਗਾ ਲੈਣਾ ਹੈ ਜੋ ਕਹਿੰਦਾ ਆਪਾਂ ਉਹ ਕਹੀ ਜਾਈਏ ਜੇ ਤੁਸੀਂ ਕਹੋਗੇ ਯਾਰ ਪੈਰ ਨਾਲ ਜੋ ਬੋਲੀ ਜਾਂਦਾ ਬੋਲੀ ਜਾਂਦਾ ਆਪਾਂ ਕਾਹਨੂੰ ਵਿੱਚ ਇੰਟਰਵਿਨ ਕਰਨਾ ਤੇ ਕੰਮ ਠੀਕ ਨਹੀਂ ਆਏਗਾ ਕੰਮ ਉਦੋਂ ਠੀਕ ਹੁੰਦਾ ਜਦ ਤੁਸੀਂ ਓਪਨਲੀ ਇੱਕ ਦੂਜੇ ਨੂੰ ਕਹਿ ਸਕਦੇ ਹੋ ਵੀ ਨਹੀਂ ਜੀ ਇਹ ਗੱਲ ਗਲਤ ਹੈ ਤੁਹਾਡੀ ਆਦਰਮਾਨ ਰੱਖਣਾ ਹੋਰ ਗੱਲ ਹੈ ਡਿਫਰ ਕਰਨਾ ਜ਼ਰੂਰੀ ਹੈ ਇਹਨਾਂ ਨੇ ਪਹਿਲੀ ਗੱਲ ਪਾਰਟੀ ਆਪਦੀ ਦੇ ਵਿੱਚੋਂ ਟੋਟਲ ਡਿਫਰੈਂਸ ਆਪੀਨੀਅਨ ਖਤਮ ਕਰਤਾ ਦੋ ਬੰਦਨ ਦੀ ਸਰਕਾਰ ਆ ਗਈ ਅੱਗੇ ਢਾਈ ਦੀ ਕਹਿੰਦੇ ਹੁੰਦੇ ਇੱਕ ਵਿਚਾਰਾ ਫੌਤ ਹੋ ਗਿਆ ਤੇ ਹੁਣ ਦੋ ਦੀ ਕਹਿੰਦੇ ਨੇ ਹੁਣ ਉਹ ਜਦ ਪਹਿਲੀ ਗੱਲ ਵਿਦਨ ਪਾਰਟੀ ਡੈਮੋਕ੍ਰੇਸੀ ਖਤਮ ਹੋ ਗਈ ਉੱਤੋਂ ਹੁਕਮ ਆਉਂਦਾ ਉਹ ਥੱਲੇ ਤੱਕ ਉਹੀ ਜਾਂਦਾ ਆਹ ਕਹਿੰਦੇ ਨੇ ਉੱਪਰ ਦੀ ਇਹਨਾਂ ਦੇ ਵਧਾਰੇ ਕਿ ਜੇ ਸੰਤੋਂ ਉੱਤੋਂ ਹੁਕਮ ਹੋ ਜਾਂਦਾ ਸੀ ਉਹੀ ਮੰਨ ਲਿਆ ਇਹ ਕਹਿੰਦੇ ਹਰ ਗੱਲ ਤੇ ਕਹਿੰਦੇ ਮੋਦੀ ਸਾਹਿਬ ਨੇ ਕਹਿਤਾ ਜੀ ਮੋਦੀ ਸਾਹਿਬ ਦੇ ਕਹੇ ਨਾਲ ਸਰਕਾਰ ਨਹੀਂ ਚੱਲਦੀ ਸਰਕਾਰ ਚਲ ਜੇ ਪ੍ਰਾਈਮ ਮਿਨਿਸਟਰ ਦੇਖ ਹੈ ਨਾ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਉਹ ਕਰਨੀ ਲੋਟੀ ਭਈਓ ਕਰਨਾ ਇੱਕ ਦੂਜਨਾਂ ਨੂੰ ਪੱਕਾ ਹੀ ਪਨੇਖਾ ਸੀ ਵੀ ਇਹਨਾਂ ਕਿਸਾਨ ਆਉਣੀ ਨਹੀਂ ਇਹ ਥੱਲੇ ਉਹ ਨਾ ਝੂਠੇ ਰਿਪੋਰਟਾਂ ਦਿੰਦੇ ਗਏ ਆਪਾਂ ਨੂੰ ਪਤਲੀ ਹੈ ਜਿੰਨੇ ਇਹਨਾਂ ਨੇ ਹੱਤ ਕੰਡੇ ਵਰਤੇ ਰਹੇ ਕਦੇ ਉਹਨਾਂ ਨੂੰ ਬਚੋੜੀਆਂ ਕਹਿੰਦਾ ਆਰਤੀਆਂ ਨੂੰ ਪ੍ਰਾਈਮ ਮਿਨਿਸਟਰ ਖੁਦ ਦੇਖੋ ਜੇ ਆਪਾਂ ਮੈਂ ਹੀ ਨਹੀਂ ਮੈਂ ਬਿਲਕੁਲ ਨਹੀਂ ਇਸ ਨੂੰ ਪ੍ਰਾਈਮ ਮਿਨਿਸਟਰ ਨੂੰ ਇਹਦੇ ਚੋਂ ਕੱਢ ਸਕਦਾ ਕਿਉਂਕਿ ਫਰੈਂਸ ਖੁਦ ਇਹਨਾਂ ਤੇ ਬਿਆਨ ਦਿੰਦੇ ਰਹੇ ਰਹੇ ਕਿ ਜੀ ਤਾਂ ਬਚੋੜੀਆਂ ਨੇ ਇਹ ਤਾਂ ਫਿਰ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ ਨੇ ਅੱਜ ਤਾਂ ਦੁੱਗਣੀ ਕਰਨੀ ਆਮਦ ਇਹ ਵਿਚੋੜੀਏ ਨੇ ਫਿਰ ਕਹਤਾ ਇਹ ਕਾਂਗਰਸ ਵਾਲਿਆਂ ਨੇ ਪ੍ਰਾਈਮ ਮਿਨਿਸਟਰ ਦੇ ਪੁੱਤਲੇ ਫੁਕੇ ਨੇ ਸੋ ਇਹ ਮੈਨੂੰ ਐ ਲੱਗਦਾ ਵੀ ਇਹਨਾਂ ਦੀ ਅਸੈਸਮੈਂਟ ਵੀ ਗਲਤ ਸੀ ਇਹਨਾਂ ਨੂੰ ਇਹ ਵੀ ਸੀ ਵੀ ਹਰਿਆਣੇ ਨੂੰ ਤਾਂ ਅਸੀਂ ਕੁੱਟ ਕੇ ਰੋਕ ਲਾਂਗੇ ਵੈਸੇ ਤਾਂ ਆਉਣਾ ਨਹੀਂ ਜੇ ਆਇਆ ਤਾਂ ਅਸੀਂ ਕੁੱਟ ਕੇ ਰੋਕ ਲਾਂਗੇ ਇਹਨਾਂ ਨੇ ਰੋਕਨ ਦੀ 31 ਬੰਦਿਆਂ ਨੂੰ ਰਾਤ ਨੂੰ ਰੈਸਟ ਕਰ ਲੈਂਦੇ ਨੇ ਦੂਰ ਦੂਰ ਬੈਠਿਆਂ ਨੂੰ ਵੀ ਕੇਸ ਬਣਾ ਦਿੰਦੇ ਨੇ ਉਹਨਾਂ ਤੇ ਸਾਰਿਆਂ ਤੇ ਡਾਕਟਰ ਵੀ ਹਰਿਆਣਾ ਆ ਗਿਆ ਠੀਕ ਹੈ ਡਾਕਟਰ ਹੋਣਾ ਇੰਟਰਵਿਊ ਕਰਨਾ ਪਊਗਾ ਸਰ ਮੈਨੂੰ ਕੈਲਕੂਲੇਸ਼ਨ ਵੀ ਗਲਤ ਸੀ ਮੈਨੂੰ ਇਸ਼ਾਰਾ ਹੋ ਰਿਹਾ ਸਰ ਇੱਕ ਇੱਕ ਵਕਫੇ ਦਾ ਸਰ ਇੰਟਰਵਿਊ ਕਰਨਾ ਪਊਗਾ ਡਾਕਟਰ ਤੁਸੀਂ ਬੜਾ ਅੱਛਾ ਪੁਆਇੰਟ ਚੱਕਿਆ ਸੀਗਾ ਜਿਹੜੇ ਰਾਤ ਨੂੰ ਇਹਨਾਂ ਨੇ ਕਿਸਾਨਾਂ ਨੂੰ ਗ੍ਰਿਫਤਾਰ ਕੀਤੇ ਵਾਰ-ਵਾਰ ਰਾਤ ਦਾ ਜ਼ਿਕਰ ਹੋ ਰਿਹਾ ਪਰ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਹੁੰਦਾ ਪਰ ਰਾਤ ਦੇ ਹਨੇਰੇ ਵਿੱਚ ਵੀ ਅਲਰਟ ਰਹਿਣਾ ਪਊਗਾ ਹਨੇਰਾ ਹੈ ਤਾਂ ਅਲਰਟ ਰਹਿਣਾ ਪਊਗਾ ਸਵੇਰੇ ਦਾ ਇੰਤਜ਼ਾਰ ਕਰਨਾ ਪਊਗਾ ਜੀਵਨ ਤਿਆਰ ਕਰੋ ਵਾਪਸ ਆ ਰਹੇ ਹਾਂ ਜਲਦ ਇੱਕ ਰੁਫੇ ਤੁਹਾਡਾ ਸਵਾਦ ਕਰਦੇ ਆਂ ਦਿੱਲੀ ਨੇ ਕਿਸਾਨਾਂ ਦੀ ਕਿੰਨੀ ਮੰਨੀ ਡਟ ਗਰਗ ਸਾਡਾ ਮਜੂਦ ਹੈ ਕਿ ਡਟ ਪਹਿਲਾ ਗਰਗ ਡਟ ਪਹਿਲਾ ਗਰਗ ਸਰ ਸੰਖੇਪ ਵਿੱਚ ਮੈਨੂੰ ਥੋੜਾ ਜਿਹਾ ਜਵਾਬ ਚਾਹੀਦਾ ਤੁਹਾਡੇ ਤੋਂ ਸਰ ਸਿਆਸੀ ਧਿਰਾਂ ਦਾ ਰੋਲ ਬੀਜੇਪੀ ਨੂੰ ਛੱਡ ਕੇ ਸਰ ਬਾਕੀ ਤੇ ਨਾ ਰੋਲ ਨੂੰ ਸਰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਇੱਥੇ ਸਾਰੀਆਂ ਧਿਰਾਂ ਨੇ ਸਰ ਟਰੈਕਟਰ ਟਰਾਲੀਆਂ ਚਲਾਏ ਸੀਗੇ ਤੇ ਕਹਿੰਦੇ ਸੀ ਅਸੀਂ ਵੀ ਤੁਹਾਡੇ ਨਾਲ ਨਾਲ ਹੈ ਕਿਆਂ ਉਹਨਾਂ ਵਿੱਚੋਂ ਕੁਝ ਆਗੂ ਉੱਥੇ ਗਏ ਆ ਸਰ ਉਹ ਰੈਸਟ ਵੀ ਹੋਏ ਆ ਮੇਰਾ ਸਵਾਲ ਹੈ ਰੈਟ ਕਰਕੇ ਸਿਆਸੀ ਧਿਰਾਂ ਬਹੁਤ ਪਿੱਛੇ ਰਹਿ ਗਈਆਂ ਜਾਂ ਸਿਆਸੀ ਧਿਰਾਂ ਦਾ ਰੋਲ ਇੰਨਾ ਕੀ ਬੰਦਾ ਸੀ ਨਹੀਂ ਸਿਆਸੀ ਧਿਰਾਂ ਦਾ ਰੋਲ ਇਸ ਐਜੀਟੇਸ਼ਨ ਦੀ ਬਜਾਏ ਪੰਜਾਬ ਦੇ ਹੱਕਾਂ ਤੇ ਬੰਦਾ ਸੀ ਉਹਨਾਂ ਨੇ ਬਿਲਕੁਲ ਨਹੀਂ ਕਰਿਆ ਇੱਕ ਵਾਰੀ ਬਿਆਨ ਦਿੱਤਾ ਅਕਾਲੀ ਦਲ ਨੇ ਵੀ ਅਸੀਂ ਬੁਲਾਵਾਂਗੇ ਵਿਰੋਧੀ ਪਾਰਟੀਆਂ ਨੂੰ ਖੇਤਰੀ ਪਾਰਟੀਆਂ ਨੂੰ ਸਵਾਲ ਹਿੰਦੁਸਤਾਨ ਦਾ ਅਜ ਭਾਰਤ ਨੂੰ ਠੀਕ ਰੂਲ ਕਰਨ ਦਾ ਮਾੜਾ ਮੋਟਾ ਇਨਸਾਫ ਦੇਣ ਦਾ ਤੋ ਤਰੀਕਾ ਇਕ ਹੀ ਰਹਿ ਗਿਆ ਕਿ ਫੈਡਰਲਿਜ਼ਮ ਨੂੰ ਸਟ੍ਰੈਂਥਨ ਕਰਿਆ ਜਾਵੇ ਡੀਸੈਂਟਰਲਾਈਜ਼ ਕਰਕੇ ਫੈਸਲੇ ਕਰੇ ਜਾਣ ਜੇ ਇੱਕ ਘਰ ਦੇ ਵਿੱਚ ਵੀ ਜਿਹੜਾ ਜੋਕ ਪੜਦਾ ਉਹਨੂੰ ਅਸੀਂ ਉਹਦੇ ਪੜਨ ਚ ਆਪ ਤਖੰਦਾ ਜਿਕਰ ਕਰਨ ਲਈ ਵੀ ਹੁਣ ਤੂੰ ਫਲਾਣੀ ਕਿਤਾਬ ਚੁੱਕ ਹੁਣ ਤੂੰ ਐਂ ਕਰ ਹੁਣ ਫਲਾਣਾ ਪੇਜ ਕਹੋ ਉਹ ਘਰ ਚੱਲਦਾ ਨਹੀਂ ਹੈ ਨਿੱਕੀ ਨਿੱਕੀ ਗੱਲ ਦੇ ਉੱਤੇ ਜਦ ਕੇਂਦਰ ਦੀ दखਨਦਾਜੀ ਹੁੰਦੀ ਹੈ ਤੇ ਨਾ ਤਾਂ ਉਹਨੂੰ ਪਤਾ ਹੁੰਦਾ ਬੰਦੇ ਨੂੰ ਬਾਹਰ ਦੇਣ ਨੂੰ ਤਾਂ ਉਹਨੇ ਉਹੀ ਕਿਤਾਬ ਦਾ ਰੁਖ ਦੇਖ ਕੇ ਕਹਦੇ ਨਾ ਵੀ ਐ ਨਹੀਂ ਐ ਨਹੀਂ ਐ ਰੱਖ ਉਹਨੂੰ ਕੀ ਪਤਾ ਵੀ ਇਹਨੂੰ ਪੜਨ ਦਾ ਐਂਗਲ ਕਿਹੜਾ ਚਾਹੀਦਾ ਸੋ ਇਹ ਇਸ ਕਰਕੇ ਜਿਹੜੀ ਅੱਜ ਨੋਟ ਸੀ ਉਹ ਤਾਂ ਨਹੀਂ ਹੋ ਰਹੀ ਇੱਕ ਤਾਂ ਮੋਦੀ ਸਾਹਿਬ ਨੇ ਭਾਜਪਾ ਦੀ ਸਰਕਾਰ ਨੇ ਸਰਕਾਰਾਂ ਸਾਰੀਆਂ ਯੂਜ਼ ਕਰਦੀਆਂ ਸੀ ਸੀਬੀਆਈ ਨੂੰ ਤੋਤਾ ਵੀ ਕਿਹਾ ਸੀ ਯਾਰ ਇਹਨਾਂ ਵੇਲੇ ਨਹੀਂ ਪਹਿਲਾਂ ਹੀ ਕਹਤਾ ਸੀ ਕਿ ਇਹ ਸੀਬੀਆਈ ਸੀਬੀਸ ਨੇ ਸਾਰੀਆਂ ਇੰਸਟੀਚੂਨਾਂ ਤੋੜਤੀਆਂ ਕੋਈ ਇੰਸਟੀਚਿਊਸ਼ਨਾਂ ਤੋੜਨ ਨਾਲ ਇਹਨਾਂ ਨੂੰ ਜਿਹੜੀ ਮਾੜੀ-ਮੁੱਟੀ ਸਿਆਣਪ ਮਿਲਨੀ ਸੀ ਜਾਂ ਕੋਈ ਚੇਤਨਾ ਮਿਲਣੀ ਸੀ ਜਾਂ ਕੋਈ ਪ੍ਰਸ਼ਾਸਨ ਹੀ ਚੰਗਾ ਹੋਣਾ ਸੀ ਉਹ ਖਤਮ ਹੋ ਗਿਆ ਹੁਣ ਕੱਲਾ ਦੀਜੇਪ ਹੀ ਰਹਿ ਗਈ ਜੋ ਮਰਜ਼ੀ ਕਰਦੇ ਨੇ ਜਿਹੜੇ ਬੰਦੇ ਵੀ ਵਿਚਲਾ ਤੇ ਉਹ ਵੀ ਬੀਜੇਪੀ ਦੇ ਨੇ ਉਹਨਾਂ ਦੀ ਸੋਚ ਹੀ ਬੜੀ ਕਟੜ ਹੈ ਉਹ ਕਟੜ ਸੋਚ ਦੇ ਨਾਲ ਫੈਸਲੇ ਲੈਂਦੇ ਨੇ ਜੇ ਤੁਸੀਂ ਕਟੜ ਸੋਚ ਨਾਲ ਸੋਚਦੇ ਹੋ ਉਸੇ ਨਾਲ ਹੀ ਫੈਸਲੇ ਲੈਣੇ ਹੋ ਉਹਨਾਂ ਨੂੰ ਹੀ ਤੁਸੀਂ ਕਦਮਬੰਦ ਕਰਦੇ ਹੋ ਜਦੋਂ ਕਦਮਬੰਦ ਉਹੋ ਜਿਹੇ ਫੈਸਲੇ ਹੋਣਗੇ ਤਾਂ ਉਹ ਦੇਸ਼ ਨਹੀਂ ਚੱਲ ਸਕਦਾ ਜਿਹੜਾ ਦੇਸ਼ ਐਨਾ ਪਰ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਇੱਕ ਮਿੰਟ ਡਟ ਕਰ ਇੱਕ ਮਿੰਟ ਸਰ ਰੁਕੀ ਹੋ। ਆਪਾਂ ਕਾਲ ਲ ਲਈਏ ਸਰ। ਭਾਈ ਸਸੀ ਕਾਲ ਜੀ। ਹਾਂਜੀ। ਸਸੀ ਕਾਲ ਜੀ ਕਿੱਥੇ ਸੀ? ਹਾਂਜੀ ਕੌਣ ਬੋਲ ਰਿਹਾ ਜੀ ਕਿੱਥੋਂ ਬੋਲ ਰਿਹਾ ਜੀ? ਮੈਂ ਡਾਕਟਰ ਰਵਨ ਸਿੰਘ ਤੋਂ ਆਮੋਰਿਕਾ ਕੈਲੀਫੋਰਨੀਆ ਤੋਂ। ਹਾਂਜੀ ਸਰਾਂ ਸਾਹਿਬ ਕੋਈ ਸਵਾਲ ਹੈ ਤੁਹਾਡਾ ਤਾਂ ਪੁੱਛ ਸਕਦੇ ਹੋ ਤੁਸੀਂ। ਹਾਂਜੀ। ਅਮ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ ਡਾਕਟਰ ਸਾਹਿਬ ਦਾ। ਹਾਂਜੀ। ਤੇ ਬੇਵਾਕੀ ਨਾਲ ਜਵਾਬ ਦੇ ਰਹੇ ਨੇ। ਤੇ ਜੋ ਕਹਿ ਰਹੇ ਨੇ ਬਿਲਕੁਲ ਮੈਂ ਉਹਨਾਂ 100% ਐਗਰੀ ਕਰਦਾ ਜੀ ਤੇ ਜ ਮੈਂ ਕੋਈ ਕੁਐਸਚਨ ਪੁੱਛਣਾ ਕਿ ਮੋਦੀ ਨੇ ਪਹਿਲਾਂ ਵੀ ਬੜੇ ਜੁਮਲੇ ਛੱਡੇ ਆ 16 ਲੱਖ ਆਲੇ ਜਾਂ ਹੋਰ ਸਭ ਕੁਝ ਹੁਣੇ ਕਹਿ ਰਿਹਾ ਕਿ ਮੈਂ ਇਨਕਮ ਡਾਊਨ ਹੋ ਜਾਣੀ ਆ ਹੂੰ ਤੇ ਮੈਂ ਇਹਨਾਂ ਦੀ ਇੰਪੁਟ ਚਾਹਣਾ ਵੀ ਕਿਹੜਾ ਤਰੀਕਾ ਕਿਹੜਾ ਜਾਦੂ ਹੈ ਜਿਹੜਾ ਇਨਕਮ ਡਾਊਨ ਹੋ ਜਾਏਗੀ ਜੀ ਠੀਕ ਆ ਸਰ ਮੈਂ ਤੁਹਾਡਾ ਸਵਾਲ ਲੈ ਰਿਹਾ ਧੰਨਵਾਦ ਠੀਕ ਆ ਸਰ ਥੈਂਕ ਯੂ ਥੈਂਕ ਯੂ ਹੈਲੋ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਪੰਜਾਬੀ ਦੇ ਕੋਲ ਗੱਲ ਕਰਨ ਹਾਂ ਹਾਂ ਜੀ ਹਾਂ ਜੀ ਬੋਲੋ ਜੀ ਕਿੱਥੋਂ ਬੋਲ ਰਹੇ ਜੀ ਤੁਸੀਂ ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਿਆਰਾ ਸਿੰਘ ਹੈ ਜੀ ਪਿਆਰਾ ਸਿੰਘ ਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਪਿਆਰਾ ਸਿੰਘ ਜੀ ਪਿਆਰ ਲੱਗ ਗਰ ਸਾਡੇ ਨਾਲ ਹੈਗੇ ਹਾਂ ਜੀ ਤੁਸੀਂ ਸਵਾਲ ਕਰ ਸਕਦੇ ਹੋ ਪਿਆਰਾ ਸਿੰਘ ਜੀ ਸਵਾਲ ਕਰ ਲਓ ਜੇ ਕੋਈ ਬੋਲੂਗਾ ਤਾਂ ਦੇਖ ਰੂਗਾ ਕਿ ਅੱਧਾ ਕਿਦਾ ਕਰੂੰਗਾ ਹਾਂਜੀ ਹਾਂਜੀ ਬੋਲੋ ਜੀ ਬੋਲੋ ਕੀ ਸਵਾਲ ਕਰ ਸਕਦੇ ਤੁਸੀਂ ਆਪਾਂ ਟੀਵੀ ਬੰਦ ਕਰੋਗੇ ਤਾਂ ਹੀ ਤਾਂ ਹੀ ਤੁਹਾਨੂੰ ਸਮਝ ਆਊਗਾ ਜੀ ਮੈਨੂੰ ਲੱਗਦਾ ਤੁਹਾਡੇ ਤੱਕ ਆਵਾਜ਼ ਨਹੀਂ ਪਹੁੰਚ ਪਾਰੀ ਸਾਡੀ ਡਟ ਗਰਗ ਸਰਾਣ ਸਾਹਿਬ ਦਾ ਸਵਾਲ ਸੀਗਾ ਜੀ ਇਨਕਮ ਡਬਲ ਕਿਵੇਂ ਹੋ ਜੂਗੀ ਸਰ ਇਹ ਤਾਂ 15 ਲੱਖ ਵਾਲੇ ਜੁਮਲੇ ਵਰਗਾ ਜੁਮਲਾ ਹੀ ਹੈ ਇਨਕਮ ਡਬਲ ਕਰਨ ਦਾ ਇਹ ਕੋਈ ਤਰੀਕਾ ਹੀ ਨਹੀਂ ਜਿਹੜਾ ਉਹ ਕਹਿੰਦੇ ਨੇ ਇਹ ਤਾਂ ਵਰਕੇ ਜਦ ਕੁਮਰ ਸਾਹਿਬ ਨੇ ਵੀ ਇਹ ਕਿਹਾ ਕਿ ਜੇ ਕਾਰਪੋਰੇਟ ਨੂੰ ਬੁਲਾਉਣ ਵਾਸਤੇ ਵੀ ਨਹੀਂ ਆਉਂਦੇ ਨੇ ਜਦ ਕਾਰਪੋਰੇਟ ਆਏਗਾ ਇੱਥੇ ਕਾਰਪੋਰੇਟ ਦਾ ਤਜਰਬਾ ਪੰਜਾਬ ਨੂੰ ਪੰਜਾਬ ਚ ਕਿਉਂ ਜ਼ਿਆਦਾ ਐਜੀਟੇਸ਼ਨ ਹੈ ਉਹਦਾ ਵੱਡਾ ਕਾਰਨ ਇਹ ਹੈ ਕਿ ਕਾਰਪੋਰੇਟ ਦਾ ਤਜਰਬਾ ਪੈਪਸੀ ਦਾ ਉਹ ਕਰ ਚੁੱਕੇ ਨੇ ਔਰ ਉਸ ਦੇ ਵਿੱਚ ਲੋਕਾਂ ਦੇ ਆਲੂ ਟਮਾਟਰ ਮਿਰਚਾਂ ਠੇਕੇ ਤੇ ਖੇਤੀ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਆ ਹੁਣ ਹੀ ਦੇਖ ਲਓ ਇੱਕ ਦਾ ਕਿਸਾਨ ਦਾ ਵੀਡੀਓ ਆ ਚੱਲ ਰਹੀ ਆ ਵੀ ਕਿਵੇਂ ਉਹਦੀ ਜ਼ਮੀਨ ਆ ਜਿਹੜੀ ਉਹੀ ਮੱਦੀ ਗਈ ਆ ਇਹ ਜਿਹੜੀ ਤਕਨੀਕੀ ਹੁੰਤਰਵਾਦੀਆਂ ਚ ਪਾ ਕੇ ਇਸ ਨੂੰ ਖਰਾਬ ਕਰਨਾ ਚਾਹੁੰਦੇ ਨੇ ਕਿ ਨਾ ਤਾਂ ਡਬਲ ਛੱਡੋ ਜਿਹੜੀ ਹੈ ਉਹ ਵੀ ਨਹੀਂ ਰਹਿਣੀ ਕਿਉਂਕਿ ਜਦ ਤੁਸੀਂ ਮੰਡੀ ਨੂੰ ਖੁੱਲਾ ਦੱਸਦੇ ਇੱਕ ਬੇ ਬੇਸਿਕ ਸਿਸਟਮ ਆ ਅਰਥਚਾਰੇ ਦਾ ਇਹਦੀ ਸਿਆਸੀ ਆਰਥਿਕਤਾ ਨੂੰ ਜੇ ਅਸੀਂ ਦੇਖੀਏ ਸਿਆਸੀ ਆਰਥਿਕਤਾ ਜੀ ਕਿੱਧਰ ਨੂੰ ਲeke ਜਾ ਰਹੇ ਨੇ ਇਹ ਕਨਸੈਂਟਰੇਸ਼ਨ ਆਫ ਵੈਲਥ ਉੱਤੇ ਕਰ ਰਹੇ ਨੇ ਆ ਕੋਵਿਡ ਦੇ ਦੌਰਾਨ ਹੀ ਆਪਣੇ ਪੜ੍ਹਿਆ ਹੀ ਹੈ ਵੀ 1.61 ਕਰੋੜ ਲੱਖ ਕਰੋੜ ਡਾਨੀਆਂ ਦਾ ਵਧ ਗਿਆ 1.21 ਕਰੋੜ ਕੇ 11 ਕਰੋੜ ਇਹਨਾਂ ਦਾ ਵਧ ਗਿਆ 2.62 ਕਰੋੜ ਲੱਖ ਕਰੋੜ ਦੀ ਜਾਇਦਾਦ ਵਧ ਗਈ ਇਹਨਾਂ ਦੀ ਇਹ ਡੈਫਾਇਸ ਕਿੱਥੋਂ ਆ ਗਿਆ ਇਹ ਲੋਕਾਂ ਦੀ ਜਾਇਦਾਦ ਅੱਜ ਸਰਕਾਰੀ ਜਾਇਦਾਦ ਅੱਜ ਸਾਰੇ داری ਇਹਨਾਂ ਵੱਡੇ ਕਾਰਪੋਰੇਟਾਂ ਨੂੰ ਵੇਚੀ ਜਾ ਰਹੇ ਨੇ ਕਿਉਂਕਿ ਕਾਰਪੋਰੇਟ ਕਹਿੰਦਾ ਬੰਦੇ ਕੱਢੋ ਆਰਟੀਫੀਸ਼ੀਅਲ ਇੰਟੈਲੀਜੈਂਸ ਚਲਾਈ ਚਾਲੂ ਤੇ ਮਸ਼ੀਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਇਹ ਸਾਰਾ ਕੰਮ ਕਰੋ ਆ ਵੱਡੀ ਗੱਡੀ ਉੱਥੇ ਜਾਂਦੀ ਐ ਸਾਇਲੋ ਚ ਜਿਹੜਾ ਫਰੋਜਪੁਰ ਬਣਿਆ ਹੋਇਆ ਕਿ ਉਹਦੇ ਵਿੱਚ ਭਰਤੀ ਜਿਹੜਾ ਉੱਥੇ ਗਾ ਲੜਾਈ ਹੋਣੀ ਐ ਉਹ ਟਰਾਲੇ ਕਰਦੇ ਨੇ ਕੋਈ ਬੰਦਾ ਛੋੜੋ ਕਰਦਾ ਬੰਦੇ ਤਾਂ ਉੱਥੇ ਬਹੁਤ ਘੱਟ ਰਹੀ ਕਿ ਗਿਣਤੀ ਐ ਸੋ ਇਸ ਕਰਕੇ ਇਹ ਕਹਿੰਦੇ ਨੇ ਵੀ ਹਿਊਮਨ ਜਿਹੜੀ ਲੇਬਰ ਐ ਉਹਨੂੰ ਖਤਮ ਕਰਕੇ ਉਹਨਾਂ ਨੂੰ ਪੁਖੇ ਮਾਰ ਕੇ ਵੱਡੇ ਵੱਡਿਆਂ ਕੋਲ ਸਾਰੇ ਚਾਹੇ ਉਹ ਅੰਤਰਿਕਸ਼ ਦੇ ਸਰਸ ਨੇ ਚਾਹੇ ਸਮੁੰਦਰ ਦੇ ਸਰਸ ਨੇ ਜਾਨੀ ਕਿ بندرگاہਾਂ ਨੇ ਹਵਾਈਅੱਡ ਹਵਾਈ ਅੱਡੇ ਨੇ ਰੇਲਵੇ ਸਟੇਸ਼ਨ ਨੇ ਸਰਫਿਸ ਟ੍ਰਾਂਸਪੋਰਟ ਹੈ ਜਾਂ ਟਰਤੀ ਦੇ ਥੱਲੇ ਲਿਖ ਜਾਣੇ ਨੇ ਜਾਂ ਟਰਤੀ ਦੇ ਉੱਪਰ ਲਿਖ ਜਾਣੇ ਨੇ ਉਹ ਸਾਰੇ ਉਹਨਾਂ ਦੇ ਹਵਾਲੇ ਕਰ ਦੋ ਉਹ ਹਵਾਲੇ ਕਰਨ ਉਹ ਡਟ ਕਰ ਡਟ ਕਰ ਉਹਦੇ ਵਿੱਚ ਜਾ ਉਹ ਤੇ ਜਾਊਗਾ ਡਟ ਕਰ ਹੋ ਸਕਦਾ ਹੈ ਡਟ ਕਰ ਇਹ ਗੀ ਆਦਮੀ ਨਾ ਮੈਂ ਸਵਾਲ ਕਰਨਾ ਸੀ ਤੁਹਾਨੂੰ ਮੈਂ ਇੱਕ ਸਵਾਲ ਕਰਨਾ ਸੀ ਡਟ ਕਰ ਸਰ ਇਹ ਸਵਾਲ ਮੈਨੂੰ ਲੱਗਦਾ ਨਹੀਂ ਕੋਈ ਇਸ ਸਵਾਲ ਨੂੰ ਐਡਰੈਸ ਕਰ ਪਾ ਰਿਹਾ ਸਰ ਮੈਂ ਸਵਾਲ ਇਹ ਸਿਰਕੇ ਤੁਹਾਨੂੰ ਕਰ ਰਿਹਾ ਸਰ ਕਾਰਪੋਰੇਟਸ ਤੋਂ ਬਿਨਾ ਇਸ ਸਮਾਜ ਦੀ ਕਲਪਨਾ ਕੀਤੀ ਜਾ ਸਕਦੀ ਹੈ ਡਾਟਗਰ ਮੇਰਾ ਪਹਿਲਾ ਸਵਾਲ ਹੈ ਸਰ ਦੂਜਾ ਸਵਾਲ ਸਰਵੇ ਨਾਲ ਜੁੜਿਆ ਹੋਇਆ ਕੀ ਕਾਰਪੋਰੇਟਸ ਵਿੱਚ ਵੀ ਕੋਈ ਧਿਰਾਂ ਖੜੀਆਂ ਕਰਨੀਆਂ ਚਾਹੀਦੀਆਂ ਜਾਂ ਦੋ ਧਿਰਾਂ ਨੂੰ ਜਾਂ ਤਿੰਨ ਧਿਰਾਂ ਨੂੰ ਦੇਖ ਕੇ ਸਾਰਾ ਕਾਰਪੋਰੇਟਸ ਜਿਹੜਾ ਉਸ ਕਾਰਪੋਰੇਟਸ ਨੂੰ ਬਦਨਾਮ ਕਰ ਦਿੱਤਾ ਜਾਵੇ ਡਾਟਗਰ ਮੇਰੇ ਦੋ ਸਵਾਲ ਆ ਸਰ ਹਾਂ ਬਿਲਕੁਲ ਦੇਖੋ ਪਹਿਲੀ ਗੱਲ ਇਹ ਹੈ ਕਾਰਪੋਰੇਟ ਦਾ ਜਿਹੜਾ ਮਾਡਲ ਹੈ ਇਹ ਕਹਿੰਦਾ ਕਿ ਕਾਰਪੋਰੇਟ ਨਹੀਂ ਬਲਕਿ ਕੋਆਪਰੇਟਿਵ ਕੋਆਪਰੇਟਿਵ ਤੇ ਕਾਰਪੋਰੇਟ 'ਚ بڑا ਫਰਕ ਹੈ ਕੋਆਪਰੇਟਿਵ ਮਾਡਲ ਨਾਲ ਦੁਨੀਆ ਚ ਚੱਲੇਗੀ ਉਹ ਕੁਦਰਤ ਦਾ ਸੂਤ ਹੈ ਕੁਦਰਤ ਦੇ ਵਿੱਚ ਕੀੜੀਆਂ ਵੀ ਹੈਗੀਆਂ ਨੇ ਕੁਦਰਤ ਦੇ ਵਿੱਚ ਹਾਥੀ ਵੀ ਹੈਗਾ ਕੁਦਰਤ ਦੇ ਵਿੱਚ ਥੱਲੇ ਘਾਹ ਵੀ ਹੈਗਾ ਕਾਈ ਵੀ ਹੈਗੀ ਆ ਉਹ ਟਰੀ ਵੀ ਹੈਗਾ ਬੋੜ ਦਾ ਟਰੀ ਵੀ ਹੈਗਾ ਸੋ ਕੁਦਰਤ ਦੇ ਵਿੱਚ ਵਨਸਵੰਤਾ ਹੈ ਬੈਲੈਂਸ ਹੈ ਉਹ ਇੱਕ ਦੂਜੇ ਨੂੰ ਖਤਮ ਨਹੀਂ ਕਰਦੇ ਖਾਂਦੇ ਵੀ ਨਹੀਂ ਜੰਗਲ ਦੇ ਵਿੱਚ ਸ਼ੇਰ ਮਾਸ ਹੀ ਖਾਂਦਾ ਉਹ ਦਰਖਤ ਖਾ ਕੇ ਨਹੀਂ ਸਾਰਦਾ ਪੱਤੇ ਨਹੀਂ ਖਾਂਦਾ ਪਰ ਉਹ ਜੰਗਲ ਦੇ ਵਿੱਚ ਮਾਰ ਮਾਰ ਕੇ ਨਹੀਂ ਛੁੱਟਦਾ ਉਹ ਬੁਰਕ ਇਕੱਠੇ ਕਰ ਕਰਕੇ ਜਾਨਵਰਾਂ ਨੂੰ ਇਕੱਠੇ ਕਰਕੇ ਆਪਣੇ ਘਰਨੇ ਚ ਬੰਦ ਨਹੀਂ ਕਰਦਾ ਆਪਣੇ ਡੈਨ ਚ ਉਹ ਸਿਰਫ ਜਿੰਨੀ ਰੋਜ਼ ਲੋੜ ਹੁੰਦੀ ਆ ਓਨੇ ਹੀ ਖਾਂਦਾ ਜਿਸ ਨਾਲ ਜੰਗਲ ਵੀ ਚੱਲਦਾ ਰਹਿੰਦਾ ਤੇ ਉਹਦਾ ਵੀ ਕੰਮ ਚੱਲਦੀ ਜਾਂਦਾ ਹੈ ਹੁਣ ਸਾਡੇ ਇੱਥੇ ਕੀ ਹੈ ਉਹ ਹੈਗੇ ਕੋਆਪਰੇਟਿਵ ਉਹ ਕੋਆਪਰੇਟਿਵ ਸਿਸਟਮ ਚੱਲ ਰਿਹਾ ਹੈ ਅੱਜ ਤੱਕ ਸਟੱਡੀਜ਼ ਹੋ ਚੁੱਕੀਆਂ ਦੁਨੀਆ 'ਚ ਦੀ ਜਿਹੜੇ ਕੁਦਰਤੀ ਤੌਰ ਤੇ ਜਿੱਥੇ ਜਾਨਵਰ ਨੇ ਚਾਹੇ ਕੋਈ ਚੀਜ਼ ਰੈਂਦੀ ਆ ਉਹਨੂੰ ਕਦੇ ਮਾਲ ਨਿਊਟ੍ਰੀਸ਼ਨ ਨਹੀਂ ਹੁੰਦਾ ਕਪੋਸ਼ਨ ਨਹੀਂ ਹੁੰਦਾ ਕਪੋਸ਼ਨ ਜਿਹੜੇ ਜਾਨਵਰ ਨੇ ਉਹਨਾਂ ਨੂੰ ਹੁੰਦਾ ਜਿਹੜੇ ਘਰਾਂ 'ਚ ਪਾਲਦੇ ਆ ਸੀ ਬੰਦਿਆਂ ਨੂੰ ਕਪੋਸ਼ਨ ਹੁੰਦਾ ਕਿਉਂਕਿ ਘਰਾਂ 'ਚ ਪਾਲਦੇ ਨੇ ਜਿਹੜੇ ਜੰਗਲਾਂ ਚ ਚੱਲਦਾ ਸਾਰਾ ਕੁਝ ਉਹ ਆਦਿਵਾਸੀਆਂ ਚ ਇੰਨਾ ਕੋ ਪੁੱਛ ਨਹੀਂ ਹੁੰਦਾ ਕਦੀ ਕੋਹ ਮੜਾ ਮੋਟਾ ਪੱਤੇ ਹੋਰ ਜੋ ਖਾਈਏ ਸੋ ਸਾਡਾ ਸਿਸਟਮ ਜਿਹੜਾ ਕੋਆਪਰੇਟਿਵ ਹੈ ਜਨਾ ਕਿ ਕਾਰਪੋਰੇਟ ਤੇ ਹੀ ਗੱਲ ਮੈਂ ਕਰਾਂ ਕਾਰਪੋਰੇਟ ਦਾ ਬੇਸਿਕ ਫੰਡਾ ਕੀ ਹੈ ਕਾਰਪੋਰੇਟ ਇਸ ਉਸੂਲ ਤੇ ਚੱਲਦਾ ਹੈ ਕਿ ਨੇਚਰ ਦਾ ਦੋਹਨ ਕਰ ਦੋ ਪੱਟ ਦੋ ਸਭ ਕੁਝ ਕੋਈ ਲੋੜ ਨਹੀਂ ਨੇਚਰ ਨਾਲ ਕਰੋ ਮੁਕਾਬਲਾ ਹਰ ਚੀਜ਼ ਨੂੰ ਤਬਾਹ ਕਰਦੇ ਹੋਏ ਕੋਈ ਪ੍ਰਵਾਹ ਨਾ ਕਰੋ ਪ੍ਰਾਫਿਟ ਦੇਖੋ ਜਦ ਤੁਸੀਂ ਸਾਰਾ ਉਤਪਾਦਨ ਜਿੰਨੀਆਂ ਜਿੰਸਾਂ ਪੈਦਾ ਕਰਦੇ ਹੋ ਸਿਰਫ ਮੁਨਾਫੇ ਵਾਸਤੇ ਕਰਨੀਆਂ ਨੇ ਇਸੇ ਕਰਕੇ ਸਾਡੇ ਲੱਗਦੇ ਵੀ ਕਦੇ ਅਮਾਰ ਲੱਗ ਜਾਂਦੇ ਨੇ ਕਿਸੇ ਚੀਜ਼ੇ ਕਦੇ ਹੁੰਦੀ ਨਹੀਂ ਮੁਨਾਫੇ ਵਾਸਤੇ ਜਦ ਤੁਸੀਂ ਕਰਦੇ ਹੋ ਅੰਨੇ ਮੁਨਾਫੇ ਵਾਸਤੇ ਉਦੋਂ ਤੁਸੀਂ ਮਨੁੱਖਤਾ ਦਾ ਵੀ ਕੁਦਰਤ ਦਾ ਵੀ ਦੋਹਨ ਕਰਦੇ ਹੋ ਮਨੁੱਖਤਾ ਤੇ ਕੁਦਰਤ ਤਾਂ ਬਹੁਤ ਵੱਡਾ ਮੇਲ ਹੈ ਜਿੱਦ ਮਨੁੱਖਤਾ ਤਬਾਹ ਹੋਏਗੀ ਤਾਂ ਵੀ ਸਮਾਜ ਨਹੀਂ ਬਚੇਗਾ ਕੁਦਰਤ ਤਬਾਹ ਹੋਏਗੀ ਤਾਂ ਵੀ ਨਹੀਂ ਬਚੇਗਾ ਇਹ ਦੋਨਾਂ ਨੂੰ ਤਬਾਹ ਕਰਦਾ ਕਾਰਪੋਰੇਟ ਫਿਰ ਤਾਂ ਬਿਲਕੁਲ ਹੀ ਨਹੀਂ ਬਚਣਾ ਇਸੇ ਕਰਕੇ ਅੱਜ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਸੰਕਟ ਇਕੱਲਾ ਹੀ ਹਿੰਦੁਸਤਾਨ ਚ ਨਹੀਂ ਸੰਕਟ ਦੇ ਬਾਰੇ ਤੇ ਜੇ ਅਸੀਂ ਦੇਖੀਏ ਸੰਕਟ ਪੂਰੀ ਦੁਨੀਆ ਚ ਫਸਿਆ ਕਰ ਵਪਾਰ ਦੇ ਵਾਸਤੇ ਬਾਜ਼ਾਰ ਦੇ ਵਾਸਤੇ ਲੜਾਈ ਕਿੰਨੀ ਵੱਡੀ ਧਮਕੀ ਦੇਂਦੇ ਯੂਐਸਏ ਬੀਜੇ ਸਾਡੇ ਹਿੱਤਾਂ ਨੂੰ ਹਿਚਕਾ ਦੇ ਨੇ ਹਿਤ ਕਾਰਪੋਰੇਟ ਦੇ ਨੇ ਸੋ ਕਾਰਪੋਰੇਟ ਜਿਹੜਾ ਮਾਡਲ ਹੈ ਵਿਕਾਸ ਦਾ ਇਹ ਐਂਟੀ ਹਿਊਮਨ ਐਂਟੀ ਨੇਚਰ ਹੈ ਇਹਨੂੰ ਬਦਲਣਾ ਪਵੇਗਾ ਇਹਨੂੰ ਬਣਾਉਣਾ ਪਵੇਗਾ ਨੀਡ ਬੇਸਡ ਮਾਡਲ ਕੋਆਪਰੇਟਿਵ ਮਾਡਲ ਕੁਦਰਤ ਦੇ ਨਾਲ ਇੱਕ ਸੁਰਤਾ ਵਾਲਾ ਮਾਡਲ ਇਹ ਬੜਾ ਬੜਾ ਇੰਪੋਰਟੈਂਟ ਪੁਆਇੰਟ ਤੁਸੀਂ ਰੱਖਿਆ ਸਰ ਇਸ ਕੋਆਪਰੇਟਿਵ ਮਾਡਲ ਤੇ ਪਹਿਲਾਂ ਵੀ ਕਈ ਵਾਰੀ ਚਰਚਾ ਅਸੀਂ ਡਾਕਟਰ ਗਰਗਨਾ ਕਰ ਚੁੱਕੇ ਆਂ ਪਰ ਸਵਾਲਾਂ ਨੂੰ ਸਮਝ ਨਾ ਪਵੇਗਾ ਜਿਹੜੇ ਸਵਾਲ ਅਸੀਂ ਕਰਦੇ ਪਏ ਹਾਂ ਉਹਨਾਂ ਸਵਾਲਾਂ ਦੇ ਵਿਚਾਲੇ ਜਵਾਬ ਕਿਹੜੇ ਆ ਰਹੇ ਉਹਨਾਂ ਨੂੰ ਵੀ ਸਮੇਂ ਨਾ ਪਵੂਗਾ ਇਸ ਲਈ ਅਸੀਂ ਇਹੋ ਜਿਹੇ ਸਵਾਲ ਕਰਦੇ ਹਾਂ ਕਿ ਕਾਰਪੋਰੇਟ ਤੋਂ ਬਿਨਾ ਸਮਾਜਿਕ ਕਲਪਨਾ ਕੀਤੀ ਜਾ ਸਕਦੀ ਹੈ ਡਾਟਕਰ ਕਹਿੰਦੇ ਆ ਕੀਤੀ ਜਾ ਸਕਦੀ ਕੋਈ ਕਾਰਪੋਰੇਟ ਮਾਡਲ ਜਿਹੜਾ ਉਹ ਮਨੁੱਖਤਾ ਦੇ ਵਿਰੁੱਧ ਹੈ ਉਹ ਸਾਡੇ ਚਗਿਰਦੇ ਦੇ ਵਿਰੁੱਧ ਹੈ ਤੇ ਉਸ ਮਾਡਲ ਦਾ ਵਿਰੋਧ ਕਰਨਾ ਪਾਉਂਦਾ ਡਾਟਕਰ ਦੇ ਮਤਲਬ ਪਰ ਜਿਸ ਤਰੀਕੇ ਨਾਲ ਸਮਾਜ ਬਲਦਾ ਹੈ ਜਿਸ ਤਰੀਕੇ ਨਾਲ ਡਬਲਯੂਟੀਯੂ ਦੀਆਂ ਪਾਲਿਸੀ ਸੈਟਿੰਗ ਸਾਡੇ ਥੋਪੀਆ ਚਾਰ ਗਿਆ ਉਹਨਾਂ ਦੇ ਬਚਾ ਲਏ ਇਹ ਸੰਘਰਸ਼ ਦਾ ਅੰਤਜਾਮ ਕੋਈ ਹੋਵੇਗਾ ਜਾਂ ਨਹੀਂ ਜਾਇਸ ਨਾ ਸਿਰਫ ਇੱਕ ਸੁਨੇਹਾ ਜਾਵੇਗਾ ਵਾਪਸ ਆ ਕੇ ਪੁੱਛੂਗਾ ਇੱਕ ਵਾਰ ਫੇਰ ਤੁਹਾਡਾ ਸਵਾਦ ਕਰਦੇ ਹਾਂ ਦੇਲੀ ਦੇ ਕਿਸਾਨਾਂ ਦੀ ਕਿੰਨੀ ਮੰਨੀ ਅਸੀਂ ਉਸੇ ਤੋਂ ਸਵਾਲ ਜਵਾਬ ਕਰ ਰਹੇ ਹਾਂ ਡਾਕਟਰ ਗਰਗ ਸਾਡੇ ਨਾਲ ਮੌਜੂਦ ਹੈ ਕਿ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਅਸੀਂ ਉਹਨਾਂ ਕੋਲ ਚੱਲਾਂਗੇ ਡਾਟ ਗਰ ਮੈਂ ਤੁਹਾਡੇ ਤੋਂ ਸਵਾਲ ਲਵਾਂ ਉਸ ਤੋਂ ਪਹਿਲਾਂ ਮੈਂ ਸਰ ਇੱਕ ਤੋਂ ਕਾਲਸ ਲੈ ਲਵਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੋਣ ਬੋਰੀ ਜੀ ਕਿੱਥੋਂ ਬੋਰੇ ਜੀ ਮੈਂ ਡਾਕਟਰ ਬਾਜਵਾ ਸ਼ਿਕਾਗੋ ਤੋਂ ਬੋਲ ਰਿਹਾ ਹਾਂਜੀ ਡਾਕਟਰ ਬਾਜਵਾ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ ਸਵਾਗਤ ਹੈ ਤੁਹਾਡਾ ਹਾਂ ਮੈਂ ਇਹ ਕਹਿੰਦਾ ਸੀ ਵੀ ਜਿਹੜਾ ਇਹ ਪੰਜਾਬ ਚ ਐਜੀਟੇਸ਼ਨ ਆਫ ਫਾਰਮਰਸ ਦੀ ਜੀ ਰਿਗਾਰਡਿੰਗ ਦਾ ਸੈਂਟਰਲ ਐਗਰੀਕਲਚਰ ਬਿਲ ਇਹ ਤਾਂ ਜਿਹੜਾ ਬਿਲ ਹੈ ਜੀ ਬਹੁਤ ਅਨਜਸਟ ਹੈ ਮੈਂ ਵੀ ਇੱਥੇ ਇਹਨੂੰ ਕਾਫੀ ਇਧਰ ਉਧਰ ਕਰਕੇ ਦੇਖਿਆ ਗਵਰਨਮੈਂਟ ਇਸ ਚੋਂ ਇਕਦਮ ਆਪਣੇ ਹੱਥ ਵਾਸ਼ ਨਹੀਂ ਕਰ ਸਕਦੀ ਇਹ ਤਾਂ ਬਹੁਤ ਜ਼ਿਆਦਾ ਕਿਆਸ ਹੋ ਜਾਣਗੇ ਜਿਹਦੀ ਅੱਜ ਕੀਮਤ 18-1900 ਪਰ ਕੁਇੰਟਲ ਹੈ ਉਹਨੂੰ ਤੁਸੀਂ ਓਪਨ ਮਾਰਕੀਟ 'ਚ ਇਕਦਮ ਸੁੱਟ ਦਿਓ ਉਹਨੂੰ 1800 ਤੋਂ ਥੱਲੇ ਜਦੋਂ ਖਰੀਦਣਗੇ ਤਾਂ ਬਹੁਤ ਜ਼ਿਆਦਾ ਫਾਰਮਰ ਨੂੰ ਘਾਟਾ ਪੈ ਜਾਣਾ ਜੀ ਸੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਇਥੇ ਅਮਰੀਕਾ ਦੇ ਵਿੱਚ ਇਹ ਯੂ ਐਸ ਡੀ ਯੂਨਾਈਟਿਡ ਸਟੇਟ ਡਿਪਾਰਟਮੈਂਟ ਆਗਰੀਕਲਚਰ ਨਾਨ ਰੀਕਰਿੰਗ ਲੋਨ ਅਜਿਹਾ ਕੋ ਚੱਲਦੇ ਆ ਅਗਰ ਉਹ ਫਾਰਮਰਸ ਨੂੰ ਵਿੱਚੋਂ ਵੱਡੇ ਲੈਵਲ ਤੇ ਖੇਤੀ ਕਰਾਉਂਦੇ ਆ ਤੇ ਉਹਨਾਂ ਦੇ ਪ੍ਰੋਡਿਊਸ ਦੇ ਉਹਨਾਂ ਨੂੰ ਪਹਿਲਾਂ ਪੈਸੇ ਦੇ ਦਿੰਦੇ ਆ ਜਦੋਂ ਉਹ ਫਸਲ ਤਿਆਰ ਹੋ ਜਾਂਦੀ ਹੈ ਫਿਰ ਉਹ ਸਟਾਕ ਹੋ ਜਾਂਦੀ ਹੈ ਫਿਰ ਜਦੋਂ ਵਿਕਦੀ ਹੈ ਉਹਨੂੰ ਜਿਹੜੀ ਕਾਰਪੋਰੇਸ਼ਨ ਹੈ ਉਹ ਉਹਨੂੰ ਕਾਰਪੋਰੇਟ ਮਾਰਕੀਟ ਚ ਉਹਦੇ ਸਟਾਕ ਟ੍ਰੇਡ ਕਰਦੀ ਹੈ ਫਿਰ ਉਹ ਘਾਟੇ ਨਫੇ ਦਾ ਨੁਕਸਾਨ ਹੁੰਦਾ ਹੈ ਅਗਰ ਥੋੜਾ ਨੁਕਸਾਨ ਹੋ ਜਵੇ ਤੇ ਉਹਨਾਂ ਨੂੰ ਉਹ ਇੰਟਰਸਟ ਛੱਡ ਦਿੰਦੇ ਆ अगर उनानू फायदा हो जाए ते जिम्मेदार नु फायदा दंदे कोई इनने कोई دسਿਆ ਤਾਂ ਹੈ ਨਹੀਂ ਹਾਲੇ ਇੰਡੀਆ ਰੈਡੀ ਨਹੀਂ ਹੈ ਮੇਬੀ ਅਨਦਰ 20 ইয়ারਸ ਜਿਸ ਮਾਡਲ ਕੈਨ ਵਰਕ ਇਹਦੀ ਸਟੱਡੀ ਇਹਨਾਂ ਨੂੰ ਜੁਆਇੰਟ ਕਰਨੀ ਚਾਹੀਦੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਬਾਜਾ ਬੜਾ ਇੰਪੋਰਟੈਂਟ ਪੁਆਇੰਟ ਤੁਸੀਂ ਚੁੱਕਿਆ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਈ ਸਰਟੀਫੀਕਟ ਐਬਾਜੀ ਮੈਂ ਨਾ ਅੰਕਲ ਜੀ ਨੂੰ ਨਾ ਇੱਕ ਪੁੱਛਣਾ ਚਾਹੁੰਦੀ ਹਾਂ ਸਵਾਲ ਕਿ ਇਹਨਾਂ ਨੇ ਵੀ ਸਰਟੀਫੀਕਟ ਤੇ ਮੈਂ ਨਾ ਤਾਂ ਸਵਾਲ ਪੁੱਛਣਾ ਚਾਹੁੰਦੀ ਆ ਕਿ ਜਿੱਦਾਂ ਇਹ ਇਦਾਂ ਤਾਂ ਨਹੀਂ ਕਰਨਗੇ ਹੁਣ ਇਹਨਾਂ ਨੇ ਉੱਥੇ ਰਾਹਾਂ ਦੇ ਵਿੱਚ ਲਾ ਕੇ ਆ ਕਿ ਕਿਸਾਨਾਂ ਨੂੰ ਲੰਘਣ ਨਹੀਂ ਦੇਣਾ ਹਨਾ ਉੱਥੇ ਉਹਨਾਂ ਨੂੰ ਉਹ ਨਾਕਾਬੰਦੀ ਕਰ ਦਿੱਤੀ ਆ ਉਹਨਾਂ ਨੂੰ ਲਗਾਈ ਵੀ ਜਾਂਦੇ ਆ ਪਰ ਇਹ ਤਾਂ ਨਹੀਂ ਹੋਊਗਾ ਉਹਨਾਂ ਨੂੰ ਬਾਅਦ ਵਿੱਚ ਇੱਕੋ ਜਗ੍ਹਾ ਇਕੱਠੇ ਕਰਕੇ ਉਹਨਾਂ ਦੀ ਘੇਰਾਬੰਦੀ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਸੁੱਟ ਦੇਣਗੇ ਇਸ ਕਰਕੇ ਕਿਸਾਨਾਂ ਨੂੰ ਇੱਕੋ ਥਾਂ ਤੇ ਇਕੱਠੇ ਹੋਣ ਦੀ ਜਗ੍ਹਾ ਜਗ੍ਹਾ-ਜਗ੍ਹਾ ਨਹੀਂ ਇਕੱਠੇ ਹੋਣਾ ਚਾਹੀਦਾ ਕਿ ਤਾਂ ਮੇਰਾ ਇਹ ਸਵਾਲ ਹੈ ਤੁਹਾਡਾ ਤੁਹਾਡਾ ਇੰਪੋਰਟੈਂਟ ਸਵਾਲ ਆ ਤੁਸੀਂ ਕਿੱਥੋਂ ਬੋਲ ਰਹੇ ਹੋ ਕੀ ਨਾਮ ਤੁਹਾਡਾ ਪਾਜੀ ਮੈਸੂਖਪ੍ਰੀਤ ਬੋਲਦੀ ਆ ਇਥੋਂ ਅਮਰੀਕਾ ਤੋਂ ਬੋਲਦੀ ਆ ਠੀਕ ਐ ਸੁਖਪ੍ਰੀਤ ਜੀ ਮੈਂ ਤੁਹਾਡਾ ਸਵਾਲ ਲੈ ਰਹੀ ਆ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਡਾਕਟਰ ਸਰ ਉਹੀ ਸਵਾਲ ਆ ਸਰ ਜਿਹੜਾ ਪਹਿਲਾਂ ਵਾਲਾ ਪਹਿਲਾਂ ਮੈਂ ਸਵਾਲ ਕੀਤਾ ਸੀ ਇੱਕ ਥਾਂ ਤੇ ਇਕੱਠੇ ਇਕੱਠੇ ਕਰਨ ਵਾਲਾ ਜਿਹੜਾ ਖਦਸ਼ਾ ਹੈਗਾ ਉਹ ਇਹਨਾਂ ਨੇ ਵੀ ਜਿਤਾਇਆ ਸੁਖਪ੍ਰੀਤ ਨੇ ਵੀ ਤੇ ਡਾਕਟਰ ਬਾਜਵਾ ਅਨੁਸਾਰ ਤੁਸੀਂ ਸੁਣ ਲਿਆ ਜਿਹੜਾ ਉਹਨਾਂ ਨੇ ਅਮਰੀਕਾ ਦਾ ਜ਼ਿਕਰ ਕੀਤਾ ਤੇ ਜਿਹੜਾ ਇੰਡੀਆ ਦਾ ਉਹਨਾਂ ਨੇ ਕੰਪੈਰੀਜ਼ਨ ਕੀਤਾ ਉਹ ਕਹਿੰਦੇ ਇੰਡੀਆ ਇਸ ਲਈ ਅਜੇ ਤਿਆਰ ਨਹੀਂ ਹੈਗਾ ਡਾਕਟਰ ਹਾਂ ਜੀ ਐ ਪੂਰੀ ਤਰ੍ਹਾਂ ਯੋਨਾ ਦਾ ਬਾਜਵਾ ਸਾਹਿਬ ਦਾ ਸਵਾਲ ਕੀ ਸੀ ਬਾਯੋ ਸਾਹਮਣੇ ਤੇ ਕੀ ਆ ਜੀ ਕਿਤੇ ਸਰਕਾਰ ਦੇ ਫੈਸਲੇ ਆ ਜਿਹੜੇ ਉਹ ਇੰਡੀਆ ਉਸ ਲਈ ਤਿਆਰ ਨਹੀਂ ਹੈਗਾਗਾ ਉਹਨਾਂ ਨੂੰ ਦੁਬਾਰਾ ਸਟੱਡੀ ਕਰਨਾ ਚਾਹੀਦਾ ਤੇ ਜਿਹੜਾ ਸੁਖਪ੍ਰੀਤ ਦਾ ਸਵਾਲ ਸੀਗਾ ਉਹ ਸਵਾਲ ਇਹ ਆ ਕਿ ਵੀ ਇੱਕ ਥਾਂ ਤੇ ਇਕੱਠੇ ਨਹੀਂ ਹੋਣਾ ਚਾਹੀਦਾ ਕਿਸਾਨਾਂ ਨੂੰ ਬਿਲਕੁਲ ਠੀਕ ਹੈ ਦੋਨੇ ਗੱਲਾਂ ਦਾ ਵਿੱਚ ਇਹ ਹੈ ਵੀ ਪਹਿਲੀ ਗੱਲ ਇਹ ਆ ਵੀ ਇੰਡੀਆ ਪਿਆਰ ਨਾ ਹੈਗਾ ਤੇ ਨਾ ਹੋਣਾ ਉਹਦਾ ਰੀਜ਼ਨ ਕੀ ਹੈ ਪਹਿਲੀਆਂ ਦਾ ਜਿਹੜਾ ਅਰਥਚਾਰਾ ਜਿੰਨਾਂ ਮਰਜ਼ੀ ਜੋਰ ਲਾ ਰਹੇ ਨੇ ਇੰਡੀਆ ਦਾ ਅਰਥਚਾਰਾ ਅੱਜ ਵੀ ਉਹਨਾ ਇੰਡਸਟਰੀਲਾਈਜ਼ ਨਹੀਂ ਜਿਹਨਾਂ ਐਗਰੀਕਲਚਰ ਬੇਸ ਦਾ ਇਤੇ ਅਸੀਂ ਅਰਥਚਾਰਾ ਕਿਵੇਂ ਚਲਾਉਣਾ ਅਸੀਂ ਦੇਖੀਏ ਲੋਕਾਂ ਨਾਲ ਕੋਪਰੇਸ਼ਨ ਜ਼ਰੂਰੀ ਹੈ ਦੂਜੀ ਗੱਲ ਲੋਕਾਂ ਕੋਪਰੇਸ਼ਨ ਉਦੋਂ ਕਰਦੇ ਨੇ ਜਦੋਂ ਉਹਨਾਂ ਦਾ ਸੱਧਿਆਚਾਰ ਮੇਨਟੇਨ ਚੱਲ ਰਿਹਾ ਢਾਈਚਾਰਾ ਮੇਨਟੇਨ ਰਹੀ ਉਹਨਾਂ ਦੀ ਸਥਾਨ ਕਰੋੜਾਂ ਸਥਾਨਕ ਜਗ੍ਹਾ ਤੋਂ ਪੂਰੀਆਂ ਹੋਣ ਉਹਨਾਂ ਨੂੰ এমਪਲੋਇਮੈਂਟ ਮਿਲੇ ਸਿੱਖਿਆ ਮਿਲੇ ਸੇਠ ਮਿਲੇ ਐਨਵਾਇਰਨਮੈਂਟਿਕਲੇ ਇਹ ਸਾਰਾ ਕੁਝ ਜਿਹੜਾ ਹੈ ਜਿੱਡੇ ਵੱਡੇ ਇਹ ਮੁੜਕਾ ਹੈ ਜਿੱਿੱਡੇ ਵੱਡੀ ਇਥੋਂ ਦੀ ਪਾਪੂਲੇਸ਼ਨ ਹੈ ਜਿੱਡੇ ਵੱਖਰੇ ਵੱਖਰੇ ਇਥੇ ਸਰੋਜ ਨੇ ਉਹਦੇ ਵਿੱਚ ਲੋਕਲ ਤੋਂ ਵਗੈਰੇ ਹੋ ਨਹੀਂ ਸਕਦਾ ਇਸੇ ਕਰਕੇ ਕਹਿੰਦੇ ਨੇ ਐਕਟ ਲੋਕਲੀ ਥਿੰਕ ਗਲੋਬਲੀ ਸੋਚੋ ਤੁਸੀਂ ਸਾਰੀ ਦੁਨੀਆ ਬਾਰੇ ਕੀ ਹੋ ਰਿਹਾ ਅੰਤਰਿਕਸ਼ ਕੀ ਹੋ ਰਿਹਾ ਪਰ ਤੁਹਾਨੂੰ ਹਾਲੇ-ਦਾਲੇ ਆਪਦੇ ਦੀ ਦੇਖਣਾ ਪੂਗਾ ਨੂੰ ਉੱਤੇ ਕਿਵੇਂ ਇੰਪਲੀਮੈਂਟ ਕਰਨਾ ਹੈ ਸਾਡੇ ਸੋਚਣੀ ਹੈ ਸਾਡੇ ਸੋਚਾ ਉੱਤੇ ਫੈਸਲਾ ਬੰਨੀ ਹੈ ਉੱਥੋਂ ਹੀ ਫੈਸਲਾ ਹੋ ਜਾਣਾ ਹੈ ਆ ਜਿਹੜੇ ਕਾਨੂੰਨ ਨੇ ਜਦੋਂ ਲੋਟਾ ਇਹ ਕਹਿੰਦਾ ਹੈ ਕਿ ਤੁਸੀਂ ਕਾਨੂੰਨ ਲੋਕਾਂ ਚ ਪਾ ਦਿਓ 6 ਮਿੰਟ ਚੱਟਾ ਹੋਈ ਜਾਂਦੋ ਜਿਹੜੇ ਸਟੇਕ ਹੋਲਡਰ ਕਹਿੰਦੇ ਨੇ ਉਹ ਆਪਾਂ ਧਿਰਾਂ ਕਹਿਣਾ ਜਿਨ੍ਹਾਂ ਨੂੰ ਵੀ ਉਹ ਜਿੰਨੀਆਂ ਧਿਰਾਂ ਨੇ ਉਹਨਾਂ ਨੂੰ ਵੜਾ ਕੇ ਪੁੱਛੋ ਦੱਸੋ ਭਾਈ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਇਹ ਤਾਂ ਹੋਇਆ ਹੀ ਨਹੀਂ ਸੋ ਸਾਡੇ ਬੁੱਕਲ 'ਚ ਗੁੜ ਪਰੰਨ ਦੀ ਗੱਲ ਹੋ ਗਈ ਜਿਹੜੀਆਂ ਚੀਜ਼ਾਂ ਤਾਂ ਹੁੰਦੀਆਂ ਸੀ ਅੱਗੇ ਵੀ ਧਰਦੇ 'ਚ ਕਰਨ ਵਾਲੀਆਂ ਉਹ ਤਾਂ ਅਸੀਂ ਹੁਣ ਪਾਗੜ 'ਚ ਕਰਨ ਲੱਗ ਗਏ ਜਿਹੜੀਆਂ ਅਸੀਂ ਫਮਿਲਿਕ ਜਿਹੜਨੀ ਅਸੀਂ ਲੋਕਾਂ ਚ ਬੈਠ ਕੇ ਚਰਚਾ ਕਰਕੇ ਉਹ ਅਸੀਂ ਅੰਦਰ ਵੱੜ ਕੇ ਕਰਨ ਲੱਗੇ ਸਾਡਾ ਅਸੀਂ ਤਵਾਜ ਨਹੀਂ ਬਦਲਤਾ ਅਸੀਂ ਕੁਦਰ ਦੇ ਅਸੂਲ ਨੂੰ ਬਦਲਤਾ ਕੁਦਰ ਦੇ ਅਸੂਲ ਦੇ ਵਿੱਚ ਚਰਨਾਂਨ ਜਿਆਦਾ ਜ਼ਰੂਰੀ ਸੀ ਸੋ ਇੱਕ ਟਾਏ ਹੋ ਗਿਆ ਇਹਦੇ ਕਰਕੇ ਇੰਡੀਆ ਦੇ ਵਿੱਚ ਇਹ ਇਹੀ ਨੀ ਕਿ ਅਧਿਨਿਚਾਰੀ ਮੈਨੂੰ ਨਹੀਂ ਲੱਗਦਾ ਵੀ ਇੰਡੀਆ ਕਦੇ ਤਿਆਰ ਹੋਏਗਾ ਜੇ ਜਿੱਦਾਂ ਦਾ ਇਹ ਕਾਰਪੋਰੇਟ ਮਾਡਲ ਨੂੰ ਡਿਵੈਲਪ ਕਰਨਾ ਚਾਹੁੰਦੇ ਨੇ ਉਹਦਾ ਮਤਲਬ ਹੈ ਇੰਡੀਆ ਦੀ ਪਾਪੂਲੇਸ਼ਨ ਨੂੰ ਖਤਮ ਕਰਨਾ ਇੰਡੀਆ ਦੇ ਸਰੋਤਾਂ ਨੂੰ ਖਤਮ ਕਰਨਾ ਔਰ ਇਸ ਤੋਂ ਅੱਗੇ ਭਾਰਤ ਨੂੰ ਮੁੜ ਕੇ ਗੁਲਾਮ ਬਣਾਉਣਾ ਉਹ ਗੁਲਾਮਕਾਰੀ ਵੀ ਹੋ ਸਕਦੇ ਨੇ ਅੰਗਰੇਜ਼ ਜਿਹੜੇ ਬਣਾਉਣ ਵਾਲੇ ਨੇ ਉਹ ਗੋਰੇ ਵੀ ਹੋ ਸਕਦੇ ਨੇ ਕੋਈ ਵੀ ਹੋ ਸਕਦਾ ਸੋ ਜਦ ਤੁਸੀਂ ਸੱਤਾ ਠੀਕ ਹੈ ਅੱਜ ਸੱਤਾ ਦੇ ਗਲਿਆਰਾਂ ਚ ਕੌਣ ਨੇ ਮੈਂ ਇੱਥੇ ਇੱਕ ਉਦਾਹਰਨ ਦੇ ਰਿਹਾ ਛੋਟੀ ਇੱਕ ਲਾਈਨ ਚ ਕਹਾਂਗਾ ਵੀ ਜੇ ਡੇਰਾ ਬਸੀ ਦੀ ਇੰਡਸਟਰੀ ਕਿਸੇ ਵੱਡੇ ਕਾਰਪੋਰੇਟ ਕੋਲ ਹੋਏਗੀ ਤਾਂ ਜਿਹੜਾ ਮਹੱਲੀ ਦਾ ਡੀਸੀ ਹੈ ਨਾ ਉਹ ਨੂੰ ਇਹ ਤਾਂ ਕਹਿ ਦੇਵਾਂਗੇ ਵੀ ਕੋਈ ਗੱਲ ਨਹੀਂ ਤੈਨੂੰ ਕਾਰ ਦੀ ਰੋੜਾ ਕੋਈ ਸਮਾਨ ਦੀ ਰੋੜਾ ਤੇ ਹੀ ਦਾਂਗੇ ਦਖੰਡਾ ਜੀ ਨਹੀਂ ਕਰ ਸਕਦਾ ਉਹ ਨਹੀਂ ਤੌਰ ਤੇ ਆਨਲਾਈਨ ਤੇ ਤਾਂ ਹੁਣੀ ਚਕਵਾ ਦਾਂਗੇ ਫਿਜ਼ੀਕਲੀ ਆਊਟ ਕਰਾ ਦਾਂਗੇ ਸੋ ਜਦ ਤੁਹਾਡੇ ਸਾਰੇ ਸਰੋਤ ਹੀ ਕੁਝ ਬੰਦਿਆਂ ਦੇ ਹੱਥ 'ਚ ਕੌਨਸੈਂਟਰੇਟ ਹੋ ਗਏ ਕੇਂਦਰਿਤ ਹੋ ਗਏ ਤਾਂ ਬਾਕੀ ਤਾਂ ਉਹਨਾਂ ਤੇ ਨਿਰਭਰ ਹੋਗੇ ਪੂੰਜੀ ਬੰਦਿਆਂ ਦਾ ਕੋਈ ਪੱਤੀਆਂ ਦਾ ਸਵਾਲ ਤੁਸੀਂ ਖੜਾ ਕਰ ਰਹੇ ਹੋ ਡਟ ਕਰਕੇ ਇੱਕ ਸੁਖਪ੍ਰੀਤ ਜਵਾਬ ਦੇ ਦਿਓ ਫਟਾਫਟ ਆਪਾਂ ਚਰਚਾ ਸਬਾਪਤ ਕਰੀਏ ਫਿਰ ਹਾਂਜੀ ਸੋਖਪ੍ਰੀਤ ਜੀ ਸਵਾਲ ਦਾ ਜਵਾਬ ਦੇ ਦਿਓ ਜੀ ਫਿਰ ਆਪਾਂ ਚੱਲ ਕੇ ਸਮਾਪਤ ਕਰੀਏ ਜਿਹੜਾ ਕਹਿੰਦੇ ਵੀ ਇੱਕ ਥਾਂ ਤੇ ਇਕੱਠੇ ਹੋਣਾ ਚਾਹੀਦਾਗਾ ਅੰਦੋਲਨ ਉਹਦਾ ਤਾਂ ਸਿੱਧਾ ਹੀ ਆ ਵੀ ਉਹਨਾਂ ਨੂੰ ਨਹੀਂ ਇਕੱਠੇ ਹੋਣਾ ਚਾਹੀਦਾ ਇੱਕ ਜਗ੍ਹਾ ਤੇ ਉਹਨਾਂ ਨੂੰ ਜਗ੍ਹਾ ਭਾਵੇਂ ਵੱਖਰੀਆਂ ਵੱਖਰੀਆਂ ਹੋਣ ਉਹਨਾਂ ਨੂੰ ਅਜੇ ਜਿਹੜਾ ਅੰਦੋਲਨ ਹੈ ਉਹਦੇ ਵਿੱਚ ਕਿਉਂਕਿ ਸਰਕਾਰ ਗੱਲ ਕਰਨ ਨੂੰ ਤਾਂ ਅਜੇ ਤਿਆਰ ਨਹੀਂ ਆ ਸਰਕਾਰ ਸਾਰੇ ਬਹਾਨੇ ਲਾ ਰਹੀ ਹੈ ਵੀ ਅਸੀਂ ਇਹ ਟਿੰਟਲਿੰਗ ਟਿੰਟਲਿੰਗ ਜਦੋਂ ਉਹਨਾਂ ਨੂੰ ਐਨਾ ਪਤਾ ਸੀ ਵੀ ਇੰਨੇ ਵੱਡੇ ਆ ਰਹੇ ਨੇ ਐਨਾ ਸਭ ਕੁਝ ਹੋ ਰਿਹਾ ਹੈ ਪਹਿਲਾਂ ਨਹੀਂ ਬੁਲਾ ਸਕਦੇ ਸੀ ਫਿਰ ਮੰਨ ਨਹੀਂ ਜੀ ਮੰਤਰੀਆਂ ਕੋਲ ਟਾਈਮ ਨਹੀਂ ਹੁੰਦਾ ਜੇ ਮੰਤਰੀ ਕੋਲੇ ਜੇ ਪ੍ਰਧਾਨ ਮੰਤਰੀ ਕੋਲੇ ਇਸ ਵਕਤ ਐਡੀ ਵੱਡੀ ਐਜੀਟੇਸ਼ਨ 'ਚ ਕੋਈ ਟਾਈਮ ਨਹੀਂ ਹੈ ਤਾਂ ਫਿਰ ਕਦੇ ਵੀ ਟਾਈਮ ਨਹੀਂ ਆਉਣਾ ਹੂੰ ਚਲੋ ਭਾਈ ਤੁਹਾਡੇ ਕੋਲ ਮੇਰੇ ਕੋਲ 50 ਮਰੀਜ਼ ਆ ਜਾਣ ਫੱਟੜ ਹੋ ਕੇ ਤੇ ਮੈਂ ਕਹਾਂ ਮੇਰੇ ਕੋਲ ਟਾਈਮ ਨਹੀਂ ਹੈ ਇਹਨਾਂ ਨੂੰ ਦੇਖਣ ਦਾ ਫਿਰ ਤੁਹਾਨੂੰ ਸ਼ਰਮੋਣੀ ਚਾਹੀਦੀ ਆ ਹੂੰ ਜਾਂ ਮੈਨੂੰ ਉਹਦਾ ਛੱਡ ਦੇਣਾ ਚਾਹੀਦਾ ਜਿਹੜਾ ਬੰਦਾ ਉਹਦੇਦਾਰ ਹੈ ਉਹ ਐ ਨਹੀਂ ਕਹਿੰਦਾ ਹੁੰਦਾ ਜਦ ਅਗਲ ਕੀ ਚ ਮੁਸ਼ਕਲ ਆ ਪਾ ਪਛੇ ਜਾਂਦਾ ਐਡਾ ਵੱਡਾ ਤੁਹਾਡਾ ਸਰਜਨ ਸਲਾਵਾਰ ਹੈ ਦੁਖ ਦੁਖੀ ਨੇ ਅਰ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਖਤਮ ਕਰਾਂਗਾ ਕੇਪੀਜੀ ਮੈਂ ਆਪਣੀ ਸਾਰੇ ਜੀਵਨ ਚ ਪਹਿਲੀ ਵਾਰੀ ਦੇਖਿਆ ਵੀ ਇੰਨੇ ਸਿਆਣੇ ਬੰਦੇ ਜਿਹਨੂੰ ਮਰਜੀ ਹੱਥ ਲਾ ਲਓ ਜਿਹਨੂੰ ਮਰਜੀ ਪੁੱਛ ਲਓ ਨੌਜਵਾਨ ਨੂੰ ਪੁੱਛ ਲਓ ਲੜਕੇ ਨੂੰ ਪੁੱਛ ਲਓ ਲੜਕੀ ਨੂੰ ਪੁੱਛ ਲਓ ਔਰਤਾਂ ਨੂੰ ਪੁੱਛ ਲਓ ਬਜ਼ੁਰਗਾਂ ਔਰਤਾਂ ਨੂੰ ਪੁੱਛ ਲਓ ਕਿਸਾਨਾਂ ਨੂੰ ਪੁੱਛ ਲਓ ਲੀਡਰਾਂ ਨੂੰ ਪੁੱਛ ਲਓ ਹਰੇਕ ਕਹਿੰਦਾ ਕਿ ਜੀ ਇਹ ਤਾਂ ਸਾਡਾ ਤਾਂ ਹੁਣ ਮਰਨ ਮਾਰਨ ਦੀ ਲੜਾਈ ਹੈ ਕੇਮੀਨੇ ਬਠਣਾ ਉਹ ਕੇਮੀਨੇ ਬਠਾਂਗੇ ਕੰਨਿਆਂ ਨੂੰ ਪੁੱਛਿਆ ਵੀ ਕੋਵਿਡ ਦਾ ਸੌਣਾ ਕਹਿੰਦੇ ਕੋਵਿਡ ਨਾਲ ਤਾਂ ਪਤਾ ਨਹੀਂ ਮਰਾਂਗੇ ਨਹੀਂ ਮਰਾਂਗੇ ਇਹਦੇ ਨਾਲ ਤਾਂ ਬਿਨਾਂ ਨਾ ਤਾਂ ਧੰਮੇ ਮਰ ਜਾਗੇ ਉਹ ਰਿਐਲਿਟੀ ਨੂੰ ਜਾਣਦੇ ਨੇ ਹਕੀਕਤ ਨੂੰ ਜਾਣਦੇ ਨੇ ਅੱਜ ਉਹ ਮਰਨ ਮਰਨ ਦੀ ਲੜਾਈ ਤੇ ਨੇ ਸਰਕਾਰ ਅਜੇ ਵੀ ਇਹਦੀ ਗੰਭੀਰਤਾ ਨੂੰ ਨਹੀਂ ਦੇਖ ਲਈ ਮੁਲਕ ਵਾਸਤੇ ਇਹ ਤਾਂ ਕਹਿੰਦੇ ਅਸੀਂ ਮੁਲਕ ਦੇ ਫਾਇਦੇ 'ਚ ਗੱਲ ਕਰਦੇ ਆ ਇਹ ਮੁਲਕ ਵਾਸਤੇ ਬਹੁਤ ਡੇਂਜਰਸ ਹੋਏਗਾ ਇਹਨਾਂ ਵਾਸਤੇ ਮੁਲਕ ਵਾਸਤੇ ਸ਼ਾਇਦ ਚੰਗਾ ਹੀ ਹੋਏਗਾ ਕਿਉਂਕਿ ਜੇ ਡੈਮੋਕ੍ਰੇਸੀ ਵਧੇਗੀ ਤਾਕਦੀ ਹੋਏਗੀ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਫੈਡਰਲਿਜ਼ਮ ਦੀ ਵੀ ਗੱਲ ਨਹੀਂ ਬਹੁਤ ਧੰਨਵਾਦ ਡਾਕਟਰ ਗਰਗ ਤੁਹਾਡਾ ਇਹਨਾਂ ਮਹੱਤਵਪੂਰਨ ਜਿਹੜੇ ਪੁਆਇੰਟਸ ਆ ਉਹਨਾਂ ਤੇ ਚਾਨਣਾ ਪਾਉਂਦੇ ਨੇ ਡਾਕਟਰ ਪਹਿਲਾ ਗਰਗ ਤੋਂ ਅਕਸਰ ਅਸੀਂ ਸਵਾਲ ਜਵਾਬ ਕਰਦੇ ਰਹਿੰਦੇ ਆ ਡਾਕਟਰ ਪਹਿਲਾ ਗਰਗ ਦੀ ਸਮਝ ਹੈ ਕੀ ਉਹ ਸਮਝ ਇਹ ਸਾਨੂੰ ਦੱਸਦੀ ਪਈ ਹੈ ਕਿ ਜਿਸ ਤਰੀਕੇ ਨਾਲ ਇਹ ਫੈਸਲੇ ਕੀਤੇ ਜਾ ਰਹੇ ਆ ਉਹ ਸਾਡੇ ਮੁਲਕ ਲਈ ਚੰਗੇ ਨਹੀਂ ਹੈਗੇ ਪਰ ਇਹਨਾਂ ਸਵਾਲਾਂ ਦੇ ਵਿਚਾਲੇ ਸਾਨੂੰ ਸਭ ਕੁਝ ਸੋਚਣਾ ਪਵੇਗਾ ਜਿਹੜਾ ਐਜੀਟੇਸ਼ਨ ਆ ਉਹ ਐਜੀਟੇਸ਼ਨ ਕਿਸ ਤਰੀਕੇ ਨਾਲ ਅੱਗੇ ਵਧ ਸਕਦਾ ਹੈ ਕੇਂਦਰ ਸਰਕਾਰ ਦਾ ਰੁਖ ਹੋਂ ਤੇ ਕੀ ਰਹਿੰਦਾ ਕੇਂਦਰ ਸਰਕਾਰ ਦਾ ਪੱਖ ਹੈ ਜਿਹੜਾ ਉਹਨਾਂ ਤੇ ਕੀ ਰਹਿੰਦਾ ਕੇਂਦਰ ਸਰਕਾਰ ਆਪਦੇ ਜਿਹੜੇ ਫੈਸਲੇ ਕੀਤੇ ਉਹਨਾਂ ਵਿੱਚ ਕੋਈ ਬਦਲਾਅ ਕਰਦੀ ਹੈ ਕੋਈ ਸੱਦਾ ਜਿਹੜਾ ਉਹਦੇ ਵਿੱਚ ਕੋਈ ਬਦਲਾਅ ਕਰਦੀ ਹੈ ਇਹ ਸਭ ਤੇ ਸਾਡੀ ਨਜ਼ਰ ਰਹੂਗੀ ਪਰ ਜੇ ਡਾਕਟਰ ਗਰਗ ਨੇ ਇੱਕ ਗੱਲ ਅਖੀਰ ਤੇ ਕਹੀ ਹੈ ਕਿ ਹਕੀਕਤ ਨੂੰ ਸਾਨੂੰ ਸਮਝਣਾ ਪਵੇਗਾ ਜੇ ਹਕੀਕਤ ਸਾਨੂੰ ਤੁਹਾਨੂੰ ਸਮਝ ਨਹੀਂ ਆਏ ਕਿ ਫਿਰ ਸਰਕਾਰਾਂ ਫੈਸਲੇ ਕਰਦੀ ਰਹਿਣਗੀਆਂ ਤੇ ਜੇ ਤੁਸੀਂ ਬੋਲੋਗੇ ਨਹੀਂ ਤਾਂ ਚੁੱਪ ਕੀਤਾ ਨੂੰ ਡੰਡੇ ਬੋਪ ਪੈਂਦੇ ਆ ਪਰ ਇਹ ਪੰਜਾਬੀ ਹੈ ਇਸ ਕਰਕੇ ਸਰਕਾਰ ਨੂੰ ਵੀ ਸਮਝ ਆ ਗਿਆ ਕਿ ਡੰਡੇ ਖਾ ਕੇ ਵੀ ਆਵਾਜ਼ ਚੁੱਕਣਗੇ ਤੇ ਜੇ ਇਹਨਾਂ ਦੀ ਆਵਾਜ਼ ਐ ਇਦਾਂ ਹੀ ਬਲੰਦ ਹੁੰਦੀ ਰਹੀ ਤੇ ਸਾਨੂੰ ਵੀ ਸੁਣਨੀ ਪਵੇਗੀ ਬਹੁਤ ਧੰਨਵਾਦ